ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਡੇ ਪਲੇਟਫਾਰਮ ਮਾਸਟਰ ਕਲਾਸਿਸ ਪਟਿਆਲਾ ਤੇ। ਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮਾਸਟਰ ਕਲਾਸਿਸ ਪਟਿਆਲਾ ਤੇ ਗਰੁੱਪ ਬੀ ਤੇ ਗਰੁੱਪ ਸੀ ਵਾਸਤੇ ਅਸੀਂ ਆਫਲਾਈਨ ਬੈਚ ਸ਼ੁਰੂ ਕਰ ਚੁੱਕੇ ਹਾਂ। ਤੁਸੀਂ ਕਿਸੇ ਵੀ ਟਾਈਮ, ਜੇ ਤੁਹਾਡੇ ਪੇਪਰ ਚੱਲ ਰਿਹਾ, ਤੁਸੀਂ ਜਦੋਂ ਮਰਜ਼ੀ ਇਨਰੋਲ ਕਰੋ। ਜਿਸ ਸਬਜੈਕਟ ਤੋਂ ਤੁਸੀਂ ਸਟਾਰਟ ਕਰੋਗੇ ਫੁੱਲ ਡਿਟੇਲ ਦੇ ਵਿੱਚ, ਅਸੀਂ ਸਪੈਸ਼ਲ ਕਰੰਟ ਅਫੇਅਰਸ ਦੀ ਅੱਡ ਕਲਾਸ ਹੋ ਰਹੀ ਆ, ਸਟੈਟਿਕ ਜੀਕੇ ਅੱਡ ਕਵਰ ਹੋ ਰਹੀ ਆ, ਲੈਂਗੁਏਜ ਸਬਜੈਕਟ ਅੱਡ ਕਵਰ ਹੋ ਰਹੇ ਆ। 9:30 ਤੋਂ 1:30 ਵਜੇ ਤੱਕ ਕਲਾਸ ਹੁੰਦੀ ਹੈ। ਤੋ ਉਸੇ ਹੀ ਲੜੀ 'ਚ ਅਸੀਂ ਆਫਲਾਈਨ ਟੈਸਟ 3 ਡਿਟੇਲਡ ਸਲਿਊਸ਼ਨ ਪ੍ਰੋਵਾਈਡ ਕਰਾ ਰਹੇ ਹਾਂ। ਜਿਹੜੇ ਬੱਚੇ ਸਾਡੇ ਆਨਲਾਈਨ ਕੋਰਸਿਸ ਦੇ ਵਿੱਚ ਇਨਰੋਲਡ ਨੇ, ਉਹਨਾਂ ਨੂੰ ਸਾਫ਼ ਦੱਸ ਦਈਏ ਕਿ ਉਹ ਵੀ ਇਹ ਟੈਸਟ ਦੇ ਸਕਦੇ ਆ, ਉਹਨਾਂ ਦੇ ਕੋਰਸਿਸ ਦੇ ਵਿੱਚ ਇਹ ਟੈਸਟ ਅਪਲੋਡ ਕੀਤੇ ਆ। ਜਿਹੜੇ ਬੱਚੇ ਆਫਲਾਈਨ ਆ ਕੇ ਲਾਇਬ੍ਰੇਰੀ ਵਗੈਰਾ ਦੀ ਫੈਸਿਲਿਟੀ ਲੈਣਾ ਚਾਹੁੰਦੇ ਆ, ਸੋ ਉਹ ਕਾਈਂਡਲੀ ਸਾਡੇ ਦਿੱਤੇ ਨੰਬਰਾਂ 'ਤੇ ਸੰਪਰਕ ਕਰਨ। ਅਤੇ ਇੰਪੋਰਟੈਂਟ ਗੱਲ ਇਹ ਆ ਕਿ ਜਿਹੜੇ ਬੱਚੇ ਚਾਹੁੰਦੇ ਆ ਕਿ ਅਸੀਂ ਇਹ ਟੈਸਟ ਸਾਨੂੰ ਮਿਲ ਨਹੀਂ ਰਹੇ ਕਿ ਅਸੀਂ ਟਰਾਈ ਕਿੱਥੋਂ ਕਰੀਏ, ਮਾਸਟਰ ਕਲਾਸਿਸ ਪਟਿਆਲਾ ਦਾ ਟੈਲੀਗ੍ਰਾਮ ਚੈਨਲ ਮਾਸਟਰ ਕਲਾਸਿਸ ਪਟਿਆਲਾ ਅਤੇ ਲੋਗੋ ਇਸ ਤਰੀਕੇ ਦਾ, ਤਕਰੀਬਨ 9494 ਪਲੱਸ ਸਬਸਕ੍ਰਾਈਬਰਸ ਨੇ, ਤੁਸੀਂ ਉਸ ਚੈਨਲ ਨੂੰ ਜੁਆਇਨ ਕਰੋ। ਉਹਦੇ 'ਤੇ ਸਾਰੇ ਟੈਸਟ PDF ਫੋਰਮੈਟ 'ਚ ਪਏ ਹੋਏ ਆ। ਮਾਸਟਰ ਕਲਾਸਿਸ ਪਟਿਆਲਾ ਦੇ ਆਫਲਾਈਨ ਬੈਚ ਦੇ ਨਾਲ ਤੁਹਾਨੂੰ ਸਾਡੀ ਲਾਇਬ੍ਰੇਰੀ, ਜਿੱਥੇ ਆਫਲਾਈਨ ਟੈਸਟ ਤਾਂ ਹਰ ਵੀਕਐਂਡ ਆ, ਡੇਲੀ ਟੈਸਟ ਵੀ ਇੱਕ ਪ੍ਰੈਕਟਿਸ ਟੈਸਟ ਜਿਹੜਾ ਹੈ ਉੱਥੇ ਅਵੇਲ ਕਰਾਇਆ ਜਾਊਗਾ। ਸੋ ਮਾਸਟਰ ਕਲਾਸਿਸ ਪਟਿਆਲਾ ਦੀ ਲਾਇਬ੍ਰੇਰੀ 'ਚ ਤੁਸੀਂ ਟੈਸਟ ਸੀਰੀਜ਼ ਨੂੰ ਅਵੇਲ ਕਰ ਸਕਦੇ ਹੋ। ਯੂਟਿਊਬ 'ਤੇ ਸਾਡਾ ਚੈਨਲ ਆ ਮਾਸਟਰ ਕਲਾਸਿਸ ਪਟਿਆਲਾ, ਸਾਡੀ ਐਂਡਰਾਇਡ ਆਈਫੋਨ 'ਤੇ ਐਪ ਆ। ਕਾਈਂਡਲੀ ਯੂਟਿਊਬ 'ਤੇ ਪਲੇਲਿਸਟ ਵਾਲੇ ਆਪਸ਼ਨ 'ਚ ਜਾ ਕੇ ਕਰੰਟ ਅਫੇਅਰਸ, ਮੈਰਾਥਨਸ, ਆਫਲਾਈਨ ਕਲਾਸਿਸ, ISPCS ਪੰਜਾਬੀ ਮੀਡੀਅਮ, ਕਾਈਂਡਲੀ ਜਾ ਕੇ ਵਿਜ਼ਿਟ ਕਰੋ ਅਤੇ ਚੈੱਕ ਕਰੋ ਸਾਡੀ ਕੁਆਲਿਟੀ। ਅਤੇ ਫਿਰ ਉਸ ਤੋਂ ਬਾਅਦ ਹੁਣ ਤੁਸੀਂ ਇਸ ਟੈਸਟ ਦਾ ਜਿਹੜਾ ਸਲਿਊਸ਼ਨ ਆ, ਜਿਹੜਾ ਕਿ ਤੁਸੀਂ ਟੈਲੀਗ੍ਰਾਮ 'ਤੇ ਜਾ ਕੇ ਕੀਤਾ ਹੋਊਗਾ, ਕਾਈਂਡਲੀ ਇਹਦੇ ਸਲਿਊਸ਼ਨ ਨੂੰ ਦੇਖੋ ਅਤੇ ਦੇਖੋ ਕਿਵੇਂ ਇੱਕ ਟੈਸਟ ਦੀ ਸਲਿਊਸ਼ਨ ਵੀਡੀਓ ਵੀ ਇਨਫੋਰਮੇਟਿਵ ਹੋ ਸਕਦੀ ਆ। ਥੈਂਕ ਯੂ। ਹਾਂਜੀ, ਸੋ ਸਟਾਰਟ ਕਰਦੇ ਹਾਂ ਆਪਾਂ ਟੈਸਟ ਨੰਬਰ 3 ਦੀ ਡਿਸਕਸ਼ਨ। ਸੋ ਸਭ ਤੋਂ ਪਹਿਲਾਂ ਅਸੀਂ ਜਦੋਂ ਸਭ ਤੋਂ ਪਹਿਲਾਂ ਸਵਾਲ ਅਸੀਂ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ, ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ 2019 ਹੈਜ਼ ਅਮੈਂਡਡ ਦੀ ਸਿਟੀਜ਼ਨਸ਼ਿਪ ਅਮੈਂਡ ਐਕਟ 1955 ਟੂ ਕਨਫਰਮ ਇੰਡੀਅਨ ਸਿਟੀਜ਼ਨਸ਼ਿਪ ਔਨ ਮਾਈਗ੍ਰੈਂਟਸ ਐਂਟਰਿੰਗ ਇੰਡੀਆ ਬਾਏ ਵਿੱਚ ਆਫ ਦੀ ਕੱਟ ਆਫ ਡੇਟ। ਬੜਾ ਸਿੰਪਲ ਜਿਹਾ ਸਵਾਲ ਆ। ਪਹਿਲੀ ਗੱਲ ਮੈਂ ਤੁਹਾਨੂੰ ਇਹਦੇ 'ਚ ਸਮਝਾ ਦਾਂ ਕਿ ਭਾਰਤ ਵਿੱਚ ਜਿਹੜੀ ਨਾਗਰਿਕਤਾ ਅਧਿਨਿਯਮ ਸੋਧ ਆ ਨਾ, ਸਿਟੀਜ਼ਨਸ਼ਿਪ ਐਕਟ ਆ, ਇਹਨੂੰ ਕੋਨਸਟੀਟਿਊਸ਼ਨਲ ਅਮੈਂਡਮੈਂਟ ਨਾਲ ਨਹੀਂ ਕੀਤਾ ਜਾ ਸਕਦਾ। ਉਹਦੀ ਵਜ੍ਹਾ ਕੀ ਆ ਭਲਾ? ਕਿਉਂਕਿ ਭਾਰਤ ਦੇ ਸੰਵਿਧਾਨ ਦੇ ਆਰਟੀਕਲ 10 ਅਤੇ ਆਰਟੀਕਲ 11 'ਚ ਸਾਫ਼ ਲਿਖਿਆ ਹੈ ਕਿ ਸਿਟੀਜ਼ਨਸ਼ਿਪ ਨਾਲ ਸੰਬੰਧਿਤ ਕੋਈ ਵੀ ਚੇਂਜਿਸ ਕੋਨਸਟੀਟਿਊਸ਼ਨ ਨੂੰ ਅਮੈਂਡ ਕਰਕੇ ਲੈ ਕੇ ਆਉਣ ਦੀ ਲੋੜ ਹੀ ਨਹੀਂ, ਸਿਰਫ ਅਤੇ ਸਿਰਫ ਪਾਰਲੀਮੈਂਟ ਬਾਏ ਸਿੰਪਲ ਮੈਜੋਰਿਟੀ ਇਹ ਕੰਮ ਕਰ ਸਕਦੀ ਹੈ। ਸੋ ਹੋਇਆ ਕਿ ਫਿਰ ਪਾਰਲੀਮੈਂਟ ਨੇ ਅੱਜ ਤੱਕ ਇਸ ਅਮੈਂਡਮੈਂਟ ਇਸ ਐਕਟ ਨੂੰ 1955 'ਚ ਬਣਾਇਆ ਅਤੇ ਉਸ ਤੋਂ ਬਾਅਦ ਉਹਨੂੰ 6 ਵਾਰ ਅਮੈਂਡ ਕਰਤਾ, 1986, 88, 92, 2003, 5, 15 ਅਤੇ 19 'ਚ। ਕਹਿੰਦੇ ਸਿਟੀਜ਼ਨਸ਼ਿਪ ਜਿਹੜੀ ਆ, ਨਾਗਰਿਕਤਾ ਜਿਹੜੀ ਆ, ਭਾਰਤ ਦੇ ਵਿੱਚ ਲਿਖਿਆ ਹੋਇਆ ਸਪਸ਼ਟ ਭਾਰਤ ਦੇ ਸੰਵਿਧਾਨ ਦੇ ਵਿੱਚ ਆਰਟੀਕਲ 9 ਦੇ ਤਹਿਤ ਕਿ ਇੰਡੀਆ 'ਚ ਸਿੰਗਲ ਸਿਟੀਜ਼ਨਸ਼ਿਪ ਆ। ਇੰਡੀਆ 'ਚ ਜੇ ਕੋਈ ਭਾਰਤ ਦਾ ਨਾਗਰਿਕ ਆ ਤਾਂ ਉਹਦੇ ਨਾਲ ਉਹ ਦੂਜੇ ਦੇਸ਼ ਦਾ ਨਾਗਰਿਕ ਨਹੀਂ ਹੋ ਸਕਦਾ, ਪਲੱਸ ਜੇਕਰ ਉਹ ਭਾਰਤ ਦਾ ਨਾਗਰਿਕ ਆ ਤਾਂ ਫਿਰ ਉਹ ਭਾਰਤ ਦੀ ਕਿਸੇ ਸਟੇਟ ਦਾ ਨਾਗਰਿਕ ਨਹੀਂ ਹੋ ਸਕਦਾ। ਇੰਡੀਆ ਹੈਜ਼ ਸਿੰਗਲ ਸਿਟੀਜ਼ਨਸ਼ਿਪ। ਇਹ ਆ ਕਿ ਜੇ ਕੋਈ ਭਾਰਤ ਦਾ ਨਾਗਰਿਕ ਆ ਉਹਨੂੰ ਵੱਖਰੀ ਪੰਜਾਬ ਦੀ ਨਾਗਰਿਕਤਾ ਲੈਣ ਦੀ ਲੋੜ ਹੀ ਨਹੀਂ। ਦੂਸਰੀ ਖਾਸ ਗੱਲ, ਭਾਰਤ 'ਚ ਨਾਗਰਿਕਤਾ ਹਾਸਲ ਕਰਨ ਦੇ 5 ਤਰੀਕੇ ਆ। ਕਿਹੜੇ ਕਿਹੜੇ? ਇੱਕ ਤਾਂ ਬਾਏ ਬਰਥ ਜਨਮ ਤੋਂ, ਇੱਕ ਬਾਏ ਡਿਸੈਂਟ ਵੰਸ਼ ਤੋਂ, ਇੱਕ
ਤੀਸਰਾ ਤਰੀਕਾ ਭਾਰਤ 'ਚ ਨਾਗਰਿਕਤਾ ਲੈਣ ਦਾ ਹੈ ਬਾਏ ਰਜਿਸਟ੍ਰੇਸ਼ਨ, ਮਤਲਬ ਪੰਜੀਕਰਨ ਦੁਆਰਾ। ਚੌਥਾ ਤਰੀਕਾ ਹੈ ਭਾਰਤ 'ਚ ਨਾਗਰਿਕਤਾ ਲੈਣ ਦਾ, ਦੈਟ ਇਜ਼ ਨੈਚੁਰਲਾਈਜੇਸ਼ਨ, ਜਿਹਨੂੰ ਕਹਿੰਦੇ ਆ ਦੇਸ਼ੀਕਰਨ। ਪੰਜਵਾਂ ਤਰੀਕਾ ਹੈ ਇਨਕੋਰਪੋਰੇਸ਼ਨ ਆਫ ਟੈਰੀਟਰੀ, ਜੇ ਤੁਸੀਂ ਭਾਰਤ ਨੇ ਕਿਸੇ ਵੀ ਦੇਸ਼ 'ਤੇ ਕਬਜ਼ਾ ਕਰ ਲਿਆ ਤਾਂ ਉੱਥੋਂ ਦੇ ਨਾਗਰਿਕ ਭਾਰਤ ਦੇ। ਨਾਗਰਿਕਤਾ ਖੋਏ ਜਾਣ ਦੇ ਤਿੰਨ ਤਰੀਕੇ ਆ, ਡੈਪਰੀਵੇਸ਼ਨ, ਠੀਕ ਆ, ਇੱਕ ਹੈਗਾ ਟਰਮੀਨੇਸ਼ਨ ਕਿ ਤੁਹਾਨੂੰ ਟਰਮੀਨੇਟ ਕਰ ਦਿੱਤਾ ਜਾਵੇ, ਇੱਕ ਆ ਰਿਨੰਸੀਏਸ਼ਨ, ਰਿਨੰਸੀਏਸ਼ਨ ਦਾ ਮਤਲਬ ਤੁਸੀਂ ਆਪਣੀ ਨਾਗਰਿਕਤਾ ਤਿਆਗਤੀ, ਟਰਮੀਨੇਸ਼ਨ ਤੁਸੀਂ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਲੈ ਲਈ ਤੇ ਭਾਰਤ 'ਚ ਤੁਹਾਡੀ ਨਾਗਰਿਕਤਾ ਦੀ ਸਮਾਪਤੀ ਹੋ ਗਈ, ਤੇ ਤੀਜਾ ਡੈਪਰੀਵੇਸ਼ਨ ਤੁਹਾਨੂੰ ਤੜੀ ਪਾਰ ਦੇਸ਼ ਨਿਕਾਲਾ ਕਰਤਾ। ਸੋ ਭਾਰਤ ਦੇ ਸੰਵਿਧਾਨ ਦੇ ਵਿੱਚ ਆਰਟੀਕਲ 10 ਨੇ ਸੰਸਦ ਨੂੰ ਤਾਕਤਾਂ ਦਿੱਤੀਆਂ, 10 ਤੇ 11 ਨੇ, ਕਿ ਤੁਸੀਂ ਸਿਟੀਜ਼ਨਸ਼ਿਪ ਨੂੰ ਲੈ ਕੇ ਰੂਲਸ ਬਣਾਓ। ਨਾਗਰਿਕਤਾ ਸਿਟੀਜ਼ਨਸ਼ਿਪ ਐਕਟ 1955 'ਚ ਪੰਜ ਤਰੀਕੇ ਦਿੱਤੇ ਗਏ ਨਾਗਰਿਕਤਾ ਲੈਣ ਦੇ ਤੇ ਤਿੰਨ ਤਰੀਕੇ ਨਾਗਰਿਕਤਾ ਖੋਏ ਜਾਣ ਦੇ। ਹੁਣ ਹੋਇਆ ਕੀ, 2019 ਦੇ ਵਿੱਚ ਇੱਕ ਬਹੁਤ ਵੱਡਾ ਬਦਲਾਅ ਹੋਇਆ। ਆਹ ਜਿਹੜਾ ਚੌਥਾ ਤਰੀਕਾ ਸੀ ਨਾ ਨਾਗਰਿਕਤਾ ਲੈਣ ਦਾ, ਦੇਸ਼ੀਕਰਨ ਜਿਹਨੂੰ ਨੈਚੁਰਲਾਈਜੇਸ਼ਨ ਕਹਿੰਦੇ ਆ, ਇਸ ਤਰੀਕੇ 'ਚ ਲਿਖਿਆ ਗਿਆ ਕਿ ਜੇ ਕੋਈ ਵਿਦੇਸ਼ੀ ਭਾਰਤ 'ਚ ਆ ਜਾਏ ਬਿਨਾਂ ਪਾਸਪੋਰਟ ਤੋਂ, ਬਿਨਾਂ ਕਾਗਜ਼ ਪੱਤਰ ਤੋਂ, ਉਹਨੂੰ ਭਾਰਤ ਦੇ ਵਿੱਚ 11 ਸਾਲ ਰਹਿਣ ਤੋਂ ਬਾਅਦ ਭਾਰਤ ਦੀ ਨਾਗਰਿਕਤਾ ਦਿੱਤੀ ਜਾ ਸਕਦੀ ਹੈ। ਤੇ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਵਿੱਚ ਇੱਕ ਕਲੌਜ਼ ਪਾਇਆ ਗਿਆ, ਉਹ ਇਹ ਸੀ ਕਿ ਜੇਕਰ ਬੰਗਲਾਦੇਸ਼, ਪਾਕਿਸਤਾਨ ਜਾਂ ਅਫਗਾਨਿਸਤਾਨ ਤੋਂ ਕੌਣ ਕੌਣ, ਸਿੱਖ, ਹਿੰਦੂ, ਜੈਨ, ਬੁੱਧ ਜਾਂ ਈਸਾਈ ਭਾਈਚਾਰੇ ਦੇ ਲੋਕ ਆਉਂਦੇ ਆ ਤੇ ਉਹ ਇੰਡੀਆ ਦੇ ਵਿੱਚ 31 ਦਸੰਬਰ 2014 ਤੋਂ ਪਹਿਲਾਂ ਪਹਿਲਾਂ ਆ ਜਾਂਦੇ ਆ, ਉਹਨਾਂ ਵਾਸਤੇ ਇਹ 11 ਸਾਲ ਦੀ ਜਿਹੜੀ ਛੂਟ ਆ ਇਹ ਸਿੱਧੀ 6 ਸਾਲ ਦੀ ਕਰ ਦਿੱਤੀ ਗਈ। ਸੋ ਉਹਨਾਂ ਨੂੰ ਇੱਕ ਬਹੁਤ ਵੱਡਾ ਡਿਸਕਾਊਂਟ ਦਿੱਤਾ ਗਿਆ, 31 ਦਸੰਬਰ 2014 ਤੋਂ ਪਹਿਲਾਂ ਜਿਹੜੇ ਭਾਰਤ 'ਚ ਨਾਗਰਿਕ ਐਂਟਰ ਹੋ ਗਏ। ਇਟ ਮੀਨਸ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ 2019, ਨਾਗਰਿਕਤਾ ਸੋਧ ਕਾਨੂੰਨ 2019 ਦਾ ਜਿਹੜਾ ਕਲੌਜ਼ ਸੀਗਾ ਉਹਦੇ 'ਚ ਨੈਚੁਰਲਾਈਜੇਸ਼ਨ ਵਾਲੇ ਜਿਹੜਾ ਤਰੀਕਾ ਹੈ ਨਾਗਰਿਕਤਾ ਲੈਣ ਦਾ, ਉਹਦੇ 'ਚ 3 ਦੇਸ਼ਾਂ ਤੋਂ ਆਉਣ ਵਾਲੇ 6 ਧਰਮਾਂ ਦੇ ਲੋਕਾਂ ਵਾਸਤੇ ਇੱਕ ਡਿਸਕਾਊਂਟ ਦੇ ਦਿੱਤਾ ਗਿਆ। ਇੱਕ ਕੱਟ ਆਫ ਤਰੀਕ ਤੋਂ ਪਹਿਲਾਂ ਜੇਕਰ ਉਹ ਭਾਰਤ 'ਚ ਆਏ ਆ ਤੇ ਉਹ ਕੱਟ ਆਫ ਤਰੀਕ ਸੀ 31 ਦਸੰਬਰ 2014। ਮੋਸਟ ਮੋਸਟ ਇੰਪੋਰਟੈਂਟ ਕਨਸੈਪਟ ਮੈਂ ਮੰਨ ਗਿਆ ਕਿ ਜੇ ਤੁਹਾਨੂੰ ਕਿਸੇ ਨੂੰ ਅੱਜ ਤੱਕ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ 2019, ਨਾਗਰਿਕਤਾ ਸੋਧ ਕਾਨੂੰਨ 2019 ਨਹੀਂ ਸੀ ਪਤਾ, ਤੁਹਾਨੂੰ ਨਾਗਰਿਕਤਾ ਲੈਣ ਦੇ 5 ਤਰੀਕਿਆਂ ਦੀ ਪੰਜਾਬੀ ਨਹੀਂ ਸੀ ਪਤਾ, 3 ਤਰੀਕਿਆਂ ਦਾ ਨਹੀਂ ਸੀ ਪਤਾ, ਉਹ ਵੀ ਪਤਾ ਲੱਗ ਗਿਆ, ਖੈਰ ਆ ਜਾਓਗੇ। ਅਗਲਾ ਸਵਾਲ ਆਪਣਾ ਕੀ ਕਹਿੰਦਾ ਹੈ, ਅਗਲਾ ਸਵਾਲ ਆਪਾਂ ਨੂੰ ਕਹਿੰਦਾ ਹੈ ਕਿ ਡਿਊਲ ਸਿਟੀਜ਼ਨਸ਼ਿਪ ਦਾ ਕਨਸੈਪਟ ਕਿਹੜੇ ਦੇਸ਼ 'ਚ ਆ, USA 'ਚ। ਇਹ ਡਿਊਲ ਸਿਟੀਜ਼ਨਸ਼ਿਪ, ਦੋਹਰੀ ਨਾਗਰਿਕਤਾ ਦਾ ਮਤਲਬ ਕੀ ਹੁੰਦਾ ਭਲਾ, ਇਹਦੇ ਦੋ ਮਤਲਬ ਹੁੰਦੇ ਆ, ਕਿ ਅਮਰੀਕਾ ਦੇ ਨਾਲ ਨਾਲ ਤੁਸੀਂ ਕਿਸੇ ਹੋਰ ਦੇਸ਼ ਦੇ ਨਾਗਰਿਕ ਵੀ, ਆਸਟ੍ਰੇਲੀਆ ਦੇ, ਅਤੇ ਅਮਰੀਕਾ ਦੇ ਨਾਲ ਨਾਲ ਤੁਸੀਂ ਅਮਰੀਕਾ ਦੀ ਕਿਸੇ ਸਟੇਟ ਦੇ ਨਾਗਰਿਕ ਵੀ ਹੋ, ਆਹ ਦੋ ਚੀਜ਼ਾਂ ਦਾ ਮਤਲਬ ਹੁੰਦਾ ਹੈ ਦੋਹਰੀ ਨਾਗਰਿਕਤਾ। ਭਾਰਤ ਦੇ ਵਿੱਚ ਆ ਸਿੰਗਲ ਸਿਟੀਜ਼ਨਸ਼ਿਪ, ਅਕੇਹਰੀ ਨਾਗਰਿਕਤਾ, ਇਹਦਾ ਮਤਲਬ ਆ ਕਿ ਜਿਹੜਾ ਬੰਦਾ ਇੰਡੀਆ ਦਾ ਨਾਗਰਿਕ ਆ ਉਹ ਇੰਡੀਆ ਦੇ ਨਾਲ ਨਾਲ ਅਮਰੀਕਾ ਦਾ ਜਾਂ ਕਿਸੇ ਹੋਰ ਦੇਸ਼ ਦਾ ਨਾਗਰਿਕ ਵੀ ਨਹੀਂ ਹੋ ਸਕਦਾ। ਜੇ ਉਹ ਇੰਡੀਆ ਦਾ ਨਾਗਰਿਕ ਆ ਤਾਂ ਇਹਦੇ ਨਾਲ ਨਾਲ ਉਹ ਆਪਣੀ ਕਿਸੇ ਸਟੇਟ ਦਾ ਨਾਗਰਿਕ ਨਹੀਂ ਹੋ ਸਕਦਾ। ਤੁਸੀਂ ਕਹੋਗੇ ਸਰ ਹੁੰਦੇ ਹਾਂ ਅਸੀਂ ਪੰਜਾਬ ਦੇ, ਪੰਜਾਬ ਦਾ ਰੈਜ਼ੀਡੈਂਸ ਸਰਟੀਫਿਕੇਟ ਬਣਦਾ ਹੈ, ਸਿਟੀਜ਼ਨ ਸਰਟੀਫਿਕੇਟ ਨਹੀਂ ਬਣਦਾ। ਸੋ ਸਿਰਫ USA ਇੱਕ ਅਜਿਹਾ ਦੇਸ਼ ਆ ਦੁਨੀਆ ਦੇ ਉਹ ਦੇਸ਼ ਜਿਹੜੇ ਪਿਓਰ ਸੰਘੀ ਢਾਂਚੇ ਤੇ ਕੰਮ ਕਰਦੇ ਆ, ਫੈਡਰਲ ਪੋਲੀਟਿਕਸ ਆ, ਜਿੱਥੇ ਫੈਡਰਲਿਜ਼ਮ ਆ, ਸੰਘਵਾਦ ਆ, ਉੱਥੇ ਦੋਹਰੀ ਨਾਗਰਿਕਤਾ ਦਾ ਕਨਸੈਪਟ ਹੁੰਦਾ ਹੈ। ਸੋ ਇਹ ਵੀ ਕਨਸੈਪਟ ਵੀ ਕਲੀਅਰ ਕਰਾਤਾ ਤੁਹਾਨੂੰ, ਤਾਂ ਕਿ ਤੁਹਾਨੂੰ ਕੱਲ ਨੂੰ ਕਿਤੇ ਉਲਝਦੇ ਨਾ ਫਿਰੋ।
ਤੀਸਰਾ ਸਵਾਲ ਸਾਡੇ ਕੋਲ ਪੇਪਰ 'ਚ ਆ ਗਿਆ। ਸਵਾਲ ਕੀ ਕਹਿ ਰਿਹਾ? ਸਵਾਲ ਸਪਸ਼ਟ ਆ, ਕਹਿੰਦਾ ਕਿ ਹੇਠ ਲਿਖੇ ਤਰੀਕਿਆਂ 'ਚੋਂ ਕਿਸ ਤਰੀਕੇ ਨਾਲ ਭਾਰਤ ਦੀ ਨਾਗਰਿਕਤਾ ਗਵਾਈ ਜਾ ਸਕਦੀ ਹੈ? ਜੇਕਰ ਕੋਈ ਭਾਰਤੀ ਨਾਗਰਿਕ ਆਪਣੀ ਮਰਜ਼ੀ ਨਾਲ ਕਿਸੇ ਦੂਜੇ ਦੇਸ਼ ਦੀ ਨਾਗਰਿਕਤਾ ਹਾਸਲ ਕਰ ਲਏ, ਐਗਜ਼ੈਕਟ ਇਹਨੂੰ ਕਹਿੰਦੇ ਆ ਟਰਮੀਨੇਸ਼ਨ, ਠੀਕ ਆ, ਸਮਾਪਤੀ। ਸੋ ਇਹ ਵੀ ਇੱਕ ਨਾਗਰਿਕਤਾ ਦਾ ਤਰੀਕਾ ਹੈ। ਜਿਹੜਾ ਬੰਦਾ ਕਿਸੇ ਹੋਰ ਦੇਸ਼ 'ਚ 7 ਜਾਂ 7 ਸਾਲ ਤੋਂ ਵੱਧ ਰਹਿ ਗਿਆ, ਬਿਲਕੁਲ ਇਹਦੇ ਨਾਲ ਉਹਦੀ ਭਾਰਤ ਦੀ ਨਾਗਰਿਕਤਾ ਖੁੱਸ ਜਾਂਦੀ ਹੈ। ਤੀਸਰਾ, ਨਾਗਰਿਕ ਜਿਹੜਾ 5 ਸਾਲ, ਜਿਹਨੇ 5 ਸਾਲ ਰਜਿਸਟ੍ਰੇਸ਼ਨ, ਜਿਹਨੇ ਪੰਜੀਕਰਨ ਦੁਆਰਾ ਭਾਰਤ ਦੀ ਨਾਗਰਿਕਤਾ ਲਈ ਆ, ਠੀਕ ਆ, ਉਹਨੂੰ ਪੰਜੀਕਰਨ ਜਾਂ ਦੇਸੀਕਰਨ, ਜਾਂ ਤਾਂ ਉਹਨੇ ਰਜਿਸਟ੍ਰੇਸ਼ਨ ਜਾਂ ਨੈਚੁਰਲਾਈਜੇਸ਼ਨ ਦੇ ਨਾਲ ਭਾਰਤ ਦੀ ਨਾਗਰਿਕਤਾ ਲਈ ਆ, ਓਰਿਜਿਨਲੀ ਉਹ ਭਾਰਤ ਦਾ ਨਾਗਰਿਕ ਨਹੀਂ, ਪਰ ਨਾਗਰਿਕਤਾ ਲੈਣ ਤੋਂ 5 ਸਾਲ ਦੇ ਅੰਦਰ ਅੰਦਰ ਉਹ ਇੱਕ ਅਜਿਹਾ ਕ੍ਰਾਈਮ ਕਰਦੇ ਜਿਹਦੇ 'ਚ ਉਹਨੂੰ 2 ਜਾਂ 2 ਤੋਂ ਵੱਧ ਸਾਲ ਦੀ ਸਜ਼ਾ ਹੋ ਜੇ, ਫਿਰ ਵੀ ਉਹਦੀ ਨਾਗਰਿਕਤਾ ਚਲੇ ਜਾਂਦੀ ਆ। ਤਿੰਨੇ ਕਲੌਜ਼ ਆਪਣੇ ਆਪ 'ਚ ਸੱਚ ਨੇ, ਮੋਸਟ ਇੰਪੋਰਟੈਂਟ ਗੱਲ। ਸੋ ਦੇਖੋ ਕਈ ਵਾਰੀ ਕੀ ਹੁੰਦਾ, ਕੋਈ ਚੀਜ਼ ਸਾਨੂੰ ਨਹੀਂ ਪਤਾ ਲੱਗਦੀ। ਸੋ ਬੜਾ ਇੰਪੋਰਟੈਂਟ ਆ, ਨਾਗਰਿਕਤਾ ਖੋਏ ਜਾਣ ਦੇ 3 ਤਰੀਕੇ ਹੁੰਦੇ ਆ, ਇੱਕ ਤਿਆਗ ਰਿਨੰਸੀਏਸ਼ਨ, ਇੱਕ ਸਮਾਪਤੀ ਤੇ ਇੱਕ ਦੇਸ਼ ਨਿਕਾਲਾ। ਸੋ 3 ਤਰੀਕਿਆਂ ਨਾਲ ਨਾਗਰਿਕਤਾ ਖੋਈ ਜਾ ਸਕਦੀ ਆ। ਨੈਕਸਟ, ਅਗਲਾ ਸਵਾਲ ਆਪਣੇ ਕੋਲ ਆ ਗਿਆ ਕਿ ਦੇਸ਼ ਦੇ ਜਿਹੜੇ ਓਵਰਸੀਜ਼ ਸਿਟੀਜ਼ਨ ਹੁੰਦੇ ਆ, ਠੀਕ ਆ, ਉਹਨਾਂ ਦੇ ਸੰਦਰਭ ਦੇ ਵਿੱਚ ਸਵਾਲ ਆ ਕਿ ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਕੈਨ ਬਾਏ ਪ੍ਰੋਪਰਟੀ ਇਨ ਇੰਡੀਆ। ਕੀ ਇਸ ਦੇਸ਼ ਦੇ ਜਿਹੜੇ ਓਵਰਸੀਜ਼ ਸਿਟੀਜ਼ਨ ਆ, ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ OCIs ਤੇ ਪਰਸਨ ਆਫ ਇੰਡੀਅਨ ਓਰੀਜਨ, ਇਸ ਦੋਵੇਂ ਮਸਲਿਆਂ ਨੂੰ ਭਾਰਤ ਸਰਕਾਰ ਨੇ 2015 'ਚ ਮਰਜ ਕਰਤਾ ਸੀ। ਦੇਸ਼ ਦੇ ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਇੰਡੀਆ 'ਚ ਪ੍ਰੋਪਰਟੀ ਲੈ ਸਕਦੇ ਆ। ਦੂਜਾ ਸਵਾਲ, ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੁੰਦਾ। ਐਗਜ਼ੈਕਟਲੀ ਦੋਵੇਂ ਗੱਲਾਂ ਸਹੀ ਆ। ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਨੂੰ ਕੁਝ ਸਹੂਲਤਾਂ ਮਿਲੀਆਂ ਨੇ। ਸਭ ਤੋਂ ਪਹਿਲੀ ਗੱਲ, ਕਹਿੰਦੇ ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਨੂੰ ਇਹ ਸਹੂਲਤਾਂ 2005 ਦੀ ਅਮੈਂਡਮੈਂਟ ਨਾਲ ਮਿਲੀਆਂ ਸੀ। ਪਹਿਲਾਂ ਤਾਂ ਇਹ ਯਾਦ ਰੱਖਿਓ, ਤੁਸੀਂ ਕਹੋਗੇ ਨਾ ਸਰ 2005 'ਚ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ 'ਚ ਅਮੈਂਡਮੈਂਟ ਕਿਉਂ ਹੋਈ ਸੀ? ਨਾਗਰਿਕਤਾ ਸੋਧ ਤਾਂ ਹੋਈ ਸੀ ਕਿਉਂਕਿ OCI ਸਕੀਮ ਲਾਂਚ ਕੀਤੀ ਗਈ ਸੀ। ਹੁਣ ਸੁਣੋ ਕੀ ਕੀ ਫਾਇਦੇ ਆ। ਪਹਿਲੀ ਗੱਲ, ਤੁਸੀਂ ਵੀਜ਼ਾ ਫ੍ਰੀ ਟਰੈਵਲ ਭਾਰਤ 'ਚ ਕਰ ਸਕਦੇ ਹੋ, ਤੁਹਾਨੂੰ ਵੀਜ਼ਾ ਲਵਾ ਕੇ ਆਉਣ ਦੀ ਲੋੜ ਹੀ ਨਹੀਂ, ਠੀਕ ਆ। ਉਸ ਤੋਂ ਬਿਨਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਹੈ, ਇਹਨਾਂ ਨੂੰ ਜਿਹੜਾ ਫੋਰਨ ਰੀਜਨਲ ਰਜਿਸਟ੍ਰੇਸ਼ਨ ਆਫੀਸਰ ਆ, ਜਿਵੇਂ ਆਪਾਂ ਪੰਜਾਬੀ 'ਚ ਨਹੀਂ ਕਹਿ ਦਿੰਦੇ ਕਿ ਥਾਣਿਆਂ 'ਚ ਜਾ ਕੇ ਹਾਜ਼ਰੀ ਭਰਨੀ ਪੈਂਦੀ ਹੈ ਇੱਕ ਵਿਦੇਸ਼ੀ ਜੇ ਭਾਰਤ 'ਚ ਆਵੇ, ਇਹ ਉਹਦੇ 'ਚੋਂ ਬਚ ਜਾਂਦੇ ਆ। ਦੂਜੀ ਗੱਲ, OCI ਹੋਲਡਰ ਜਿਹੜੇ ਆ ਉਹ ਦੇਸ਼ 'ਚ ਜਾਇਦਾਦ ਖਰੀਦ ਸਕਦੇ ਆ, ਜਿਵੇਂ NRI ਖਰੀਦਦੇ ਆ, ਪਰ ਕੁਛ ਐਕਸੈਪਸ਼ਨਸ ਨੇ, ਕਿਵੇਂ ਜਿਹੜੇ ਆ ਰੈਜੀਡੈਂਸ਼ੀਅਲ ਜਾਂ ਕਮਰਸ਼ੀਅਲ ਪ੍ਰੋਪਰਟੀ, ਹਾਂ ਉਹਨਾਂ ਨੂੰ ਐਗਰੀਕਲਚਰ ਲੈਂਡ, ਪਲਾਂਟੇਸ਼ਨ ਪ੍ਰੋਪਰਟੀ ਜਾਂ ਫਾਰਮ ਹਾਊਸ ਖਰੀਦਣ ਦੀ ਕੁਛ ਰੋਕ ਹੁੰਦੀ ਹੈ। ਸੋ ਇਹ ਕਿੱਡੀ ਇੰਪੋਰਟੈਂਟ ਗੱਲ ਆ, ਬਸ ਪ੍ਰੋਪਰਟੀ ਖਰੀਦ ਸਕਦੇ ਆ। ਇਹਨਾਂ ਨੂੰ, ਇਹ ਆਪਣੇ ਆਪ ਨੂੰ ਕਿਸੇ ਵੀ ਤਰੀਕੇ ਨਾਲ ਦੋਹਰੀ ਨਾਗਰਿਕਤਾ ਨਾ ਸਮਝਣ। ਜਿਹੜੇ NRI ਹੁੰਦੇ ਆ ਉਹ ਇੰਡੀਅਨ ਸਿਟੀਜ਼ਨ ਹੁੰਦੇ ਆ, ਉਹਨਾਂ ਕੋਲ ਜਸਟ ਬਾਹਰ ਦੀ PR ਹੁੰਦੀ ਆ, ਉਹਨਾਂ ਕੋਲ ਪੂਰੇ ਅਧਿਕਾਰ ਹੁੰਦੇ ਆ, ਪਰ OCI ਸਾਡੇ ਦੇਸ਼ ਦੇ ਨਾਗਰਿਕ ਨਹੀਂ ਹੁੰਦੇ, ਉਹ ਬਾਹਰੀ ਨਾਗਰਿਕ ਹੁੰਦੇ ਆ, ਵਿਦੇਸ਼ੀ ਨਾਗਰਿਕ ਹੁੰਦੇ ਆ, ਤੇ ਉਹਨਾਂ ਦਾ ਕਿਤੇ ਨਾ ਕਿਤੇ ਭਾਰਤ ਨਾਲ ਸੰਬੰਧ ਹੁੰਦਾ ਹੈ। ਪਰ ਇੱਕ ਚੀਜ਼ ਜਿਹੜੀ ਉਹਨਾਂ ਨੂੰ ਨਹੀਂ ਮਿਲਦੀ, ਉਹ ਹੁੰਦੀ ਆ ਵੋਟ ਪਾਉਣ ਦਾ ਅਧਿਕਾਰ। ਉਹਨਾਂ ਦੀ ਕੋਈ ਵੀ ਵੋਟ ਪਾਉਣ ਦੀ ਸਹੂਲਤ ਉਹਨਾਂ ਕੋਲ ਨਹੀਂ ਹੁੰਦੀ। ਪਹਿਲੇ ਜ਼ਮਾਨੇ 'ਚ PIOs ਨੂੰ ਹੋਰ ਘੱਟ ਸਹੂਲਤਾਂ ਮਿਲਦੀਆਂ ਸੀ, ਹੁਣ ਤਾਂ PIOs ਨੂੰ ਵੀ ਕਿੰਨਾ ਦੇ ਬਰਾਬਰ ਦੀਆਂ ਸਹੂਲਤਾਂ ਮਿਲਣ ਲੱਗ ਪਈਆਂ ਹੈ, OCIs ਦੇ ਬਰਾਬਰ ਦੀਆਂ ਸਹੂਲਤਾਂ ਸਿੰਸ 2015 ਤੋਂ। ਉਮੀਦ ਕਰਦਾ ਕਿ ਆ ਵੀ ਇੱਕ ਸਵਾਲ ਜਿਹੜਾ ਇਹ ਸਮਝ ਆ ਗਿਆ ਹੋਊਗਾ, ਠੀਕ ਆ। ਨੈਕਸਟ, ਉਸ ਤੋਂ ਬਾਅਦ ਅੱਗੇ ਆ ਗਿਆ, ਕਹਿੰਦਾ ਭਾਰਤ ਦੇ ਸੰਦਰਭ 'ਚ ਹੇਠਾਂ ਲਿਖੇ, ਭਾਰਤ ਵਿੱਚ ਕੇਵਲ ਦੇਸ਼ ਦਾ ਮੁਖੀ ਉਹੀ ਸ਼ਖਸ ਬਣ ਸਕਦਾ ਜਿਹੜਾ ਭਾਰਤ 'ਚ ਜਨਮ ਤੋਂ ਭਾਰਤ ਦਾ ਨਾਗਰਿਕ ਆ। ਦੂਜੀ ਗੱਲ,
ਇੱਕ ਵਿਦੇਸ਼ੀ ਜਿਹਨੂੰ ਭਾਰਤ ਦੀ ਨਾਗਰਿਕਤਾ ਮਿਲ ਗਈ, ਕਿਸੇ ਵੀ ਸੂਰਤ 'ਚ ਉਹਨੂੰ ਖੋਇਆ ਨਹੀਂ ਜਾ ਸਕਦਾ, ਉਹਦੀ ਉਹਨੂੰ ਲਿਆ ਨਹੀਂ, ਵਾਪਸ ਨਹੀਂ ਲਿਆ ਜਾ ਸਕਦਾ, ਉਹਨੂੰ ਵਾਂਝਾ ਨਹੀਂ ਕੀਤਾ ਜਾ ਸਕਦਾ। ਹੁਣ ਤੁਸੀਂ ਦੱਸੋ, ਜਿਹੜੇ ਬੰਦੇ ਨੂੰ ਰਜਿਸਟ੍ਰੇਸ਼ਨ ਯਾਨੀ ਕਿ ਪੰਜੀਕਰਨ ਜਾਂ ਨੈਚੁਰਲਾਈਜੇਸ਼ਨ ਦੇਸ਼ੀਕਰਨ ਨਾਲ ਨਾਗਰਿਕਤਾ ਮਿਲਦੀ ਹੈ, ਜੇ ਉਹ 5 ਸਾਲਾਂ ਦੇ ਅੰਦਰ ਅੰਦਰ ਕੋਈ ਕ੍ਰਾਈਮ ਕਰ ਦਿੰਦਾ ਹੈ, ਉੱਤੇ ਉਹਨੂੰ 2 ਸਾਲ ਤੋਂ ਵੱਧ ਸਜ਼ਾ ਹੋ ਜਾਂਦੀ ਹੈ, ਕੀ ਉਸਦੀ ਨਾਗਰਿਕਤਾ ਖੋਈ ਨਹੀਂ ਜਾ ਸਕਦੀ? ਐਗਜੈਕਟ ਖੋਈ ਜਾ ਸਕਦੀ ਹੈ। ਦੂਸਰੀ ਗੱਲ, ਸਭ ਤੋਂ ਇੰਪੋਰਟੈਂਟ ਗੱਲ, ਕਿ ਇਸ ਦੇਸ਼ ਦੇ ਵਿੱਚ ਜਿਹੜਾ ਬੰਦਾ ਬਾਏ ਬਰਥ ਇੰਡੀਅਨ ਨਾਗਰਿਕ ਆ, ਉਹੀ ਦੇਸ਼ ਦਾ ਮੁਖੀ ਬਣ ਸਕਦਾ ਹੈ। ਬਿਲਕੁਲ ਗਲਤ। ਇਟ ਮੀਨਸ ਇਹਦਾ ਆਨਸਰ 1 ਗਲਤ ਆ। ਜਿਹੜੇ ਬੱਚੇ ਆਫਲਾਈਨ ਟੈਸਟ ਦੇ ਕੇ ਗਏ ਆ ਤੇ ਉਹਨਾਂ ਨੇ ਇਹਦਾ ਆਨਸਰ 4 ਮਾਰਕ ਕਰਿਆ ਸੀ, ਉਹ ਆਪਣੀ ਜਗ੍ਹਾ ਤੇ ਬਿਲਕੁਲ ਠੀਕ ਆ, ਕੋਈ ਵੀ ਆਪਸ਼ਨ ਇਹਦਾ ਸਹੀ ਨੀਗਾ। ਸੋ ਸਭ ਤੋਂ ਇੰਪੋਰਟੈਂਟ ਗੱਲ ਇਹ ਆ ਕਿ ਇੰਡੀਆ 'ਚ ਭਾਵੇਂ ਕੋਈ ਬਾਏ ਬਰਥ ਬਾਏ ਡਿਸੈਂਟ ਇਨਕੋਰਪੋਰੇਸ਼ਨ ਆਫ ਟੈਰੀਟਰੀ ਕਿਸੇ ਵੀ ਸੂਰਤ ਨਾਲ ਭਾਰਤ ਦੇ ਵਿੱਚ ਕੋਈ ਸ਼ਖਸ ਦੇਸ਼ ਦਾ ਨਾਗਰਿਕ ਬਣ ਜੇ, ਉਸ ਸ਼ਖਸ ਨੂੰ ਹੈੱਡ ਆਫ ਸਟੇਟ ਭਾਵ ਦੇਸ਼ ਦਾ ਰਾਸ਼ਟਰਪਤੀ ਬਣਨ ਦਾ ਪੂਰਾ ਅਧਿਕਾਰ ਆ। ਸੋ ਪਹਿਲਾ ਵੀ ਗਲਤ ਆ, ਦੂਜਾ ਵੀ ਆਪਸ਼ਨ ਗਲਤ ਆ। ਸੋ ਨੈਕਸਟ, ਉਸ ਤੋਂ ਬਾਅਦ ਆਪਾਂ ਆ ਗਏ ਸਵਾਲ ਨੰਬਰ 6 ਤੇ। ਮੋਸਟ ਇੰਪੋਰਟੈਂਟ ਮੈਂ ਇੱਕ ਗੱਲ ਕਹਿੰਦਾ, ਤੁਸੀਂ ਜਿਵੇਂ ਜਿਵੇਂ ਆਫਲਾਈਨ ਬੈਚ ਲਾ ਰਹੇ ਹੋ, ਪੋਲੀਟੀ, ਪੰਜਾਬ, ਜੋਗ੍ਰਾਫੀ, ਸਾਇੰਸ, ਉਵੇਂ ਉਵੇਂ ਤੁਸੀਂ ਆਪਣੇ ਟੈਸਟ ਦਿੰਦੇ ਜਾਓ। ਡੈਫੀਨੇਟਲੀ ਇੱਕ ਗੱਲ ਆ, ਆਫਲਾਈਨ ਦਾ ਬੈਚ ਫਾਇਦਾ ਇਹੀ ਦਿਸ ਰਿਹਾ ਨਾ, ਜੋ ਤੁਸੀਂ ਇੱਕ ਤਾਂ ਤੁਹਾਨੂੰ ਡੇਲੀ ਬੇਸਿਸ 'ਤੇ ਆਪਣੇ ਲੈਕਚਰ ਕਰੰਟ ਦੇ ਸਟੈਟਿਕ GK ਸਾਰਾ ਕੁਛ ਇਨਕਲੂਡਿਡ ਮਿਲ ਰਿਹਾ ਹੈ। ਨੈਕਸਟ, ਕਹਿੰਦੇ ਭਾਰਤ ਨੇ ਇਕੇਰੀ ਨਾਗਰਿਕਤਾ ਦਾ ਜਿਹੜਾ ਸਿਧਾਂਤ ਆ ਉਹ ਕਿਸ ਦੇਸ਼ ਤੋਂ ਲਿਆ? ਅਸੀਂ ਸਿਟੀਜ਼ਨਸ਼ਿਪ ਦਾ ਕਨਸੈਪਟ ਇੰਗਲੈਂਡ ਤੋਂ ਲਿਆ ਹੈ, ਗੱਲ ਹੀ ਖਤਮ। ਸੋ ਭਾਰਤ 'ਚ ਜੇ ਸਿੰਗਲ ਸਿਟੀਜ਼ਨਸ਼ਿਪ ਦਾ ਕਨਸੈਪਟ ਜਿਹੜਾ ਹੈ ਉਹ ਇੰਗਲੈਂਡ ਤੋਂ ਲਿਆ ਗਿਆ ਹੈ। ਭਾਰਤ ਦੇ ਸੰਵਿਧਾਨ ਦੇ ਵਿੱਚ ਭਾਗ 2 ਸਿਟੀਜ਼ਨਸ਼ਿਪ ਨਾਲ ਡੀਲ ਕਰਦੇ ਆ। ਭਾਗ 2 ਆ ਜਿਹੜਾ ਸਾਡੀ ਨਾਗਰਿਕਤਾ ਨਾਲ ਸੰਬੰਧਿਤ ਆ, ਉਹ 'ਚ 5 ਤੋਂ ਲੈ ਕੇ 11 ਤੱਕ ਆਰਟੀਕਲ ਨਾਗਰਿਕਤਾ ਬਾਰੇ ਦੱਸਦੇ ਆ। ਆਰਟੀਕਲ 5 ਉਹ ਦੱਸਦਾ ਹੈ ਕਿ ਜਿਹੜੇ ਲੋਕ ਵੰਡ ਤੋਂ ਬਾਅਦ ਜੋ ਭਾਰਤ ਦੇ ਹਿੱਸੇ 'ਚ ਜ਼ਮੀਨ ਆਈ ਆ, ਜਿਹੜੇ ਪਿਛਲੇ 5 ਸਾਲਾਂ ਤੋਂ ਉੱਥੇ ਰਹਿ ਰਹੇ ਹੋ, ਭਾਰਤ ਦੇ ਨਾਗਰਿਕ ਆ। ਆਰਟੀਕਲ 6 ਡੀਲ ਕਰਦਾ ਹੈ ਉਹਨਾਂ ਲੋਕਾਂ ਨਾਲ ਜਿਹੜੇ ਪਾਕਿਸਤਾਨ ਤੋਂ ਭਾਰਤ 'ਚ ਆਏ ਆ, ਉਹਨਾਂ ਵਾਸਤੇ 1 ਮਾਰਚ 1947 ਦੀ ਤਰੀਕ ਰੱਖ ਦਿੱਤੀ ਗਈ, ਅਤੇ ਦੱਸਿਆ ਗਿਆ ਕਿ ਜਿਹੜੇ ਲੋਕ ਉਹਨਾਂ ਵਾਸਤੇ 19 ਜੁਲਾਈ 1948 ਦੀ ਤਰੀਕ ਰੱਖ ਦਿੱਤੀ ਗਈ ਕਿ ਜਿਹੜੇ ਇਸ ਤੋਂ ਪਹਿਲਾਂ ਭਾਰਤ ਆ ਗਏ ਪਾਕਿਸਤਾਨ ਤੋਂ ਜੁੜ ਕੇ, ਉਹ ਸਿੱਧੇ ਭਾਰਤ ਦੇ ਨਾਗਰਿਕ, ਦੂਜਿਆਂ ਨੂੰ 6 ਮਹੀਨੇ ਰਹਿ ਕੇ ਦਿਖਾਉਣਾ ਪਊਗਾ। ਜਿਹੜਾ ਆਰਟੀਕਲ 7 ਆ ਉਹ ਉਹਨਾਂ ਲੋਕਾਂ ਵਾਸਤੇ ਆ ਜਿਹੜੇ ਉਜਾੜੇ ਤੋਂ ਬਾਅਦ ਪਾਕਿਸਤਾਨ ਗਏ ਅਤੇ ਦਿਲ ਨਹੀਂ ਲੱਗਾ ਅਤੇ ਵਾਪਸ ਆ ਗਏ, ਉਹਨਾਂ ਲਈ ਕੱਟ ਆਫ ਡੇਟ 1 ਮਾਰਚ 1947 ਰੱਖੀ ਗਈ। ਆਰਟੀਕਲ 8 ਉਹਨਾਂ ਲੋਕਾਂ ਲਈ ਆ ਜਿਹੜੇ ਜਦੋਂ ਭਾਰਤ ਆਜ਼ਾਦ ਨਹੀਂ ਸੀ ਹੋਇਆ ਅਤੇ ਦੂਜੇ ਦੇਸ਼ਾਂ 'ਚ ਚਲੇ ਗਏ ਸੀ, ਉਹਨਾਂ ਨੂੰ ਵੀ ਕਿਹਾ ਕਿ ਵਾਪਸ ਆਪਣੇ ਦੇਸ਼ 'ਚ ਆ ਕੇ ਵੱਸੋ, ਹੁਣ ਦੇਸ਼ ਆਜ਼ਾਦ ਹੋ ਗਿਆ ਹੈ। ਆਰਟੀਕਲ 9 ਕਹਿੰਦਾ ਹੈ ਕਿ ਇਸ ਦੇਸ਼ ਦੇ ਵਿੱਚ ਸਿੰਗਲ ਸਿਟੀਜ਼ਨਸ਼ਿਪ ਦਾ, ਇਕੇਰੀ ਨਾਗਰਿਕਤਾ ਦਾ ਕਨਸੈਪਟ ਹੋਊਗਾ, ਆਰਟੀਕਲ 9 ਕਹਿੰਦਾ ਹੈ। ਆਰਟੀਕਲ 10 ਕਹਿੰਦਾ ਹੈ ਕਿ ਅੱਜ ਤੱਕ ਦੀ ਜੋ ਤੁਹਾਡੀ ਨਾਗਰਿਕਤਾ ਹੈ ਉਹ ਸੰਵਿਧਾਨ ਦੇ ਵਿੱਚ ਉੱਪਰਲੇ ਆਰਟੀਕਲਸ ਦੇ ਵਿੱਚ ਲਿਖੀ ਜਾ ਚੁੱਕੀ ਆ, ਪਰ ਅੱਜ ਤੋਂ ਬਾਅਦ ਤੁਸੀਂ ਅੱਗੇ ਦੇ ਨਾਗਰਿਕ ਤਾਂ ਹੀ ਰਹੋਗੇ ਜੇ ਸੰਸਦ ਦੇ ਬਣਾਏ ਹੋਏ ਨਿਯਮਾਂ ਦੇ ਮੁਤਾਬਕ ਤੁਸੀਂ ਨਾਗਰਿਕਤਾ ਤੁਹਾਡੀ ਫਿੱਟ ਬਹਿੰਦੀ ਹੋਈ। ਅੱਜ ਤੱਕ ਦੀ ਨਾਗਰਿਕਤਾ ਡਿਫਾਈਨ ਕਰਤੀ ਅਸੀਂ, ਅੱਜ ਤੋਂ ਬਾਅਦ ਤੁਸੀਂ ਨਾਗਰਿਕ ਤਾਂ ਹੀ ਰਹੋਗੇ ਜੇ ਤੁਸੀਂ ਸੰਸਦ ਦੁਆਰਾ ਬਣਾਏ ਹੋਏ ਕਾਨੂੰਨਾਂ ਦੇ ਮੁਤਾਬਕ ਨਾਗਰਿਕ ਰਹੋਗੇ। ਆਰਟੀਕਲ 11 ਕਹਿੰਦਾ ਹੈ ਕਿ ਅੱਜ ਤੋਂ ਬਾਅਦ ਨਾਗਰਿਕਤਾ ਨਾਲ ਸੰਬੰਧਿਤ ਕਾਨੂੰਨ ਬਣਾਉਣ ਦਾ ਅਧਿਕਾਰ ਪਾਰਲੀਮੈਂਟ ਕੋਲ ਆ। ਇਸੇ ਕਰਕੇ ਮੈਂ ਕਿਹਾ ਕਿ 10 ਤੇ 11 ਆਰਟੀਕਲ ਨੂੰ ਪੜ੍ਹ ਕੇ ਮੈਨੂੰ ਸਮਝ ਆਇਆ ਕਿ ਇਸ ਦੇਸ਼ 'ਚ ਸੰਸਦ ਕੋਲ ਪੂਰਾ ਅਧਿਕਾਰ ਆ ਕਿ ਇਟ ਕੈਨ ਮੇਕ ਲਾਅ ਔਨ ਸਿਟੀਜ਼ਨਸ਼ਿਪ। ਸਾਡੇ ਦੇਸ਼ ਦੀ ਸੰਸਦ ਸਪਸ਼ਟ ਤੌਰ 'ਤੇ ਪੂਰੇ ਤਰੀਕੇ ਨਾਲ ਨਾਗਰਿਕਤਾ ਨੂੰ ਲੈ ਕੇ ਕਾਨੂੰਨ ਬਣਾਉਣ ਵਾਸਤੇ ਉਹਦੇ ਕੋਲ ਅਧਿਕਾਰ ਖੇਤਰ ਹੈਗਾ ਹੈ। ਸੋ ਉਮੀਦ ਕਰਦਾ ਰਿਵੀਜ਼ਨ ਵੀ ਹੋ ਗਈ, ਗੱਲਾਂ ਵੀ ਕਲੀਅਰ ਹੋ ਗਈਆਂ। ਬੈਕ ਟੂ ਦੀ ਬੇਸਿਕਸ।
ਰਾਈਟ ਅਗੇਂਸਟ ਐਕਸਪਲੋਇਟੇਸ਼ਨ, ਸ਼ੋਸ਼ਣ ਦੇ ਖਿਲਾਫ ਅਧਿਕਾਰ, ਭਾਰਤ ਦੇ ਸੰਵਿਧਾਨ ਚ 23 ਤੇ 24 ਆਰਟੀਕਲ ਰਾਈਟ ਅਗੇਂਸਟ ਐਕਸਪਲੋਇਟੇਸ਼ਨ ਦੱਸਦਾ ਹੈ, ਜਿਹਦੇ ਚ ਸਪਸ਼ਟ ਗੱਲ ਆ ਕਿ ਆਰਟੀਕਲ 23 ਤੇ ਕਹਿੰਦਾ ਹੈ ਕਿ ਕਿਸੇ ਵੀ ਤਰੀਕੇ ਦੀ ਮਜ਼ਦੂਰੀ, ਬੰਧੂਆ ਮਜ਼ਦੂਰੀ ਜਾਂ ਮਨੁੱਖਾਂ ਦੀ ਤਸਕਰੀ, ਗਲਤ ਹੋ ਗਿਆ, ਤਸਕਰੀ, ਮਨੁੱਖਾਂ ਦੀ ਤਸਕਰੀ ਜਿਹੜੀ ਆ ਉਹਦੀ ਮਨਾਹੀ ਆ, ਤੇ ਜਬਰੀ ਮਨਜ਼ੂਰੀ ਮਜਬੂਰੀ ਜਬਰੀ ਮਜ਼ਦੂਰੀ ਦੀ ਮਨਾਹੀ ਆ। ਆਰਟੀਕਲ 24 ਸਪਸ਼ਟ ਤੌਰ ਤੇ ਕਹਿੰਦਾ ਹੈ ਕਿ ਬੱਚਿਆਂ ਨੂੰ ਚਾਈਲਡ ਲੇਬਰ ਤੋਂ ਬਚਾਇਆ ਜਾਵੇ। ਸੋ 23 ਤੇ 24 ਸਪਸ਼ਟ ਤੌਰ ਤੇ ਐਕਸਪਲੋਇਟੇਸ਼ਨ, ਸ਼ੋਸ਼ਣ ਦੇ ਖਿਲਾਫ ਅਧਿਕਾਰ ਆ। ਕਹਿੰਦਾ ਇਹਨਾਂ ਚੋਂ ਕਿਹੜਾ ਸ਼ੋਸ਼ਣ ਦੇ ਖਿਲਾਫ ਅਧਿਕਾਰ ਆ? ਤਾਂ ਬਿਲਕੁਲ ਆਰਟੀਕਲ 23 ਤੇ 24 ਚ ਆਹੀ ਫਿੱਟ ਪੈਂਦਾ ਹੈ। ਤੁਸੀਂ ਕਹੋਗੇ ਸਰ ਪੇਮੈਂਟ ਆਫ ਟੈਕਸ, ਦੱਸੋ ਵੀ ਸਭ ਨੂੰ ਧਾਰਮਿਕ ਸੁਤੰਤਰਤਾ ਹੈ, ਇਹ ਰਿਲੀਜੀਅਸ ਰਾਈਟ ਆ ਜਿਹੜੇ 25 ਤੋਂ ਲੈ ਕੇ 28 ਦੇ ਵਿੱਚ ਮਿਲਦੇ ਆ, ਤੇ ਉਹਨਾਂ ਚੋਂ ਵੀ ਸਪੈਸ਼ਲ ਨੰਬਰ ਤੇ ਆਰਟੀਕਲ ਨੰਬਰ 27 ਆ। ਦੱਸੋਗੇ ਰਿਲੀਜੀਅਸ ਰਾਈਟ ਕਿਹੜੇ ਆ? ਆਰਟੀਕਲ 25 ਅਨੁਛੇਦ 25 ਕੀ ਆ? ਇੰਡੀਵਿਜੂਅਲ ਧਾਰਮਿਕ ਆਜ਼ਾਦੀ। ਆਰਟੀਕਲ 26 ਕੀ ਆ? ਸਮੁਦਾਇਕ ਤੌਰ ਤੇ, ਕਮਿਊਨਿਟੀ ਦੇ ਤੌਰ ਤੇ ਧਾਰਮਿਕ ਆਜ਼ਾਦੀ, ਤੁਸੀਂ ਆਪਣਾ ਨਵਾਂ ਧਰਮ ਬਣਾ ਸਕਦੇ ਹੋ। ਆਰਟੀਕਲ 27 ਕੀ ਆ? ਆਰਟੀਕਲ 27 ਕਲੀਅਰਲੀ ਮੈਂਸ਼ਨ ਕਰਦਾ ਹੈ ਕਿ ਇਸ ਦੇਸ਼ ਦੇ ਵਿੱਚ ਰਿਲੀਜੀਅਸ ਡਿਨੋਮੀਨੇਸ਼ਨਸ ਨੇ, ਜੋ ਵੀ ਧਾਰਮਿਕ ਸੰਪਰਦਾਵਾਂ ਬਣੀਆਂ ਉਹ ਟੈਕਸ ਤੋਂ ਰਹਿਤ ਨੇ, ਹਾਂ ਫੀਸਾਂ ਲਾਈਆਂ ਜਾ ਸਕਦੀਆਂ। ਆਰਟੀਕਲ 28 ਰਿਲੀਜੀਅਸ ਪ੍ਰੇਅਰਸ ਧਾਰ ਇੰਸਟੀਟਿਊਸ਼ਨਸ ਅਦਾਰਿਆਂ ਦੇ ਵਿੱਚ ਕਰਾਈਆਂ ਜਾ ਸਕਦੀਆਂ ਕਿ ਨਹੀਂ, ਉਹਦੇ ਨਾਲ ਸੰਬੰਧਿਤ ਆ। ਸੋ ਇਹ ਤਾਂ ਆਰਟੀਕਲ 25 ਤੋਂ 28 ਰਿਲੀਜੀਅਸ ਰਾਈਟਸ ਨੇ, ਇਹ ਰਾਈਟ ਅਗੇਂਸਟ ਐਕਸਪਲੋਇਟੇਸ਼ਨ ਨੀਗਾ। ਪ੍ਰੋਟੈਕਸ਼ਨ ਆਫ ਇੰਟਰਸਟ ਆਫ ਮਾਈਨੋਰਟੀਜ਼, ਸਾਨੂੰ ਅਸੀਂ 29 ਤੇ 30 ਆਰਟੀਕਲ 'ਚ ਪੜ੍ਹਦੇ ਹਾਂ ਸੱਭਿਆਚਾਰਕ ਅਤੇ ਵਿੱਦਿਅਕ ਅਧਿਕਾਰ, ਕਲਚਰਲ ਐਂਡ ਐਜੂਕੇਸ਼ਨਲ ਰਾਈਟਸ। ਉਹਦੇ 'ਚ ਆਰਟੀਕਲ 29 ਕਹਿੰਦਾ ਹੈ, ਆਰਟੀਕਲ 29 ਕਹਿੰਦਾ ਹੈ ਕਿ ਦੇਸ਼ ਦੇ ਕਿਸੇ ਵੀ ਵਰਗ ਦੇ ਨਾਗਰਿਕਾਂ ਨੂੰ ਆਪਣੀ ਕਲਚਰ ਤੇ ਸੱਭਿਅਤਾ ਬਚਾਉਣ ਦਾ ਅਧਿਕਾਰ ਆ। ਤੇ ਆਰਟੀਕਲ 30 ਕਹਿੰਦਾ ਹੈ ਘੱਟ ਗਿਣਤੀਆਂ ਨੂੰ ਵਿਸ਼ੇਸ਼ ਰੂਪ 'ਚ ਆਪਣੇ ਅਦਾਰੇ ਖੋਲਣ ਦਾ ਅਧਿਕਾਰ ਆ, ਕਿ ਦੇਅਰ ਇਜ਼ ਰਾਈਟ ਆਫ ਮਾਈਨੋਰਟੀਜ਼ ਟੂ ਓਪਨ ਦੇਅਰ ਇੰਸਟੀਟਿਊਸ਼ਨਸ। ਆਰਟੀਕਲ 29 ਮੈਜੋਰਟੀ ਤੇ ਮਾਈਨੋਰਟੀਜ਼ ਦੋਵਾਂ ਦੀ ਰੱਖਿਆ ਕਰਦਾ ਹੈ, ਤੇ ਆਰਟੀਕਲ 30 ਕੇਵਲ ਘੱਟ ਗਿਣਤੀਆਂ ਦਾ ਸਹਾਰਾ ਬਣਦਾ ਹੈ। ਸਾਡੇ ਦੇਸ਼ 'ਚ ਦੋ ਹੀ ਪ੍ਰਕਾਰ ਦੀਆਂ ਮਾਈਨੋਰਟੀਜ਼ ਨੇ ਸੰਵਿਧਾਨ ਦੇ ਮੁਤਾਬਕ, ਇੱਕ ਭਾਸ਼ਾ ਦੇ ਆਧਾਰ ਤੇ ਲਿੰਗਵਿਸਟਿਕ ਭਾਸ਼ਾਈ ਘੱਟ ਗਿਣਤੀ, ਇੱਕ ਰਿਲੀਜੀਅਸ ਮਾਈਨੋਰਿਟੀ ਧਾਰਮਿਕ ਘੱਟ ਗਿਣਤੀ। ਆਰਟੀਕਲ 29 ਤੇ 30 ਉਹਨਾਂ ਨਾਲ ਸੰਬੰਧਿਤ ਆ। ਆ ਜਾਓ ਇਕੁਐਲਿਟੀ ਬਿਫੋਰ ਲਾਅ, ਇਹ ਕਿਆ ਗੱਲ ਕਰਤੀ ਜੀ ਆਰਟੀਕਲ 14। ਤੁਹਾਨੂੰ ਪਤਾ 14 ਤੋਂ ਲੈ ਕੇ 18 ਤੱਕ ਕਿਹੜੇ ਰਾਈਟ ਆ? ਰਾਈਟ ਟੂ ਇਕੁਐਲਿਟੀ, ਸਮਾਨਤਾ ਦਾ ਅਧਿਕਾਰ। ਇਹਦੇ 'ਚ 5 ਰਾਈਟ ਆਰਟੀਕਲ ਨੇ, 14, 15, 16, 17 ਤੇ 18। 14 ਕਾਨੂੰਨ ਅੱਗੇ ਸਾਰੇ ਬਰਾਬਰ ਆ, ਤੇ ਕਾਨੂੰਨ ਸਭ ਨੂੰ ਬਰਾਬਰ ਸੁਰੱਖਿਆ ਦੇਵੇਗਾ। ਇਕੁਐਲਿਟੀ ਬਿਫੋਰ ਲਾਅ ਐਂਡ ਇਕੁਅਲ ਪ੍ਰੋਟੈਕਸ਼ਨ ਆਫ ਲਾਅ। ਆਰਟੀਕਲ 15 ਕਿਸੇ ਨਾਲ ਵੀ ਜਾਤ ਪਾਤ ਧਰਮ ਆਧਾਰ ਦੇ ਆਧਾਰ ਤੇ ਵਗੈਰਾ ਵਗੈਰਾ ਦੇ ਆਧਾਰ ਤੇ ਭੇਦਭਾਵ ਨਹੀਂ ਕੀਤਾ ਜਾਊਗਾ, ਠੀਕ ਆ। ਪਰ ਹਾਂ, ਸਰਕਾਰ ਪਿਛੜਿਆਂ ਵਾਸਤੇ ਕਾਨੂੰਨ ਬਣਾ ਸਕਦੀ ਆ। ਆਰਟੀਕਲ 16 ਕਿਸੇ ਨੂੰ ਵੀ ਨੌਕਰੀਆਂ 'ਚ ਭੇਦਭਾਵ ਨਹੀਂ ਕੀਤਾ ਜਾਊਗਾ। ਆਰਟੀਕਲ 17 ਛੂਆ ਛੂਤ ਅਨਟੱਚੇਬਿਲਟੀ, ਕਿਸੇ ਨੂੰ ਜਾਤੀ ਸੂਚਕ ਸ਼ਬਦ ਨਾਲ ਬੁਲਾਉਣਾ ਬੈਨ ਆ। ਆਰਟੀਕਲ 18 ਕੋਈ ਵੀ ਆਪਣੇ ਨਾਮ ਦੇ ਅੱਗੇ ਸਿਰਲੇਖ, ਜੈਲਦਾਰ, ਜਗੀਰਦਾਰ, ਫਲਾਣਾਦਾਰ ਨਹੀਂ ਲਾਊਗਾ। ਸਾਰੇ ਟਾਈਟਲਸ ਜੋ ਅੰਗਰੇਜ਼ਾਂ ਦੁਆਰਾ ਜਾਂ ਵਿਦੇਸ਼ੀ ਸਰਕਾਰਾਂ ਦੁਆਰਾ ਦਿੱਤੇ ਜਾਂਦੇ ਹਨ ਉਹ ਖਤਮ ਹਨ। ਸਿਰਫ ਕੋਈ ਬੰਦਾ ਪ੍ਰੋਫੈਸ਼ਨਲ ਡਿਗਰੀ ਵਰਤ ਸਕਦਾ ਹੈ ਆਪਣੇ ਨਾਮ ਨਾਲ, ਡਾਕਟਰ ਫਲਾਣਾ ਸਿੰਘ, ਇੰਜੀਨੀਅਰ ਫਲਾਣਾ ਕੁਮਾਰ, ਇਸ ਤਰੀਕੇ ਨਾਲ। ਸੋ ਖੈਰ, ਇਹ ਵੀ ਐਕਸਪਲੋਇਟੇਸ਼ਨ ਨਾਲ ਸੰਬੰਧਿਤ ਨਹੀਂ, ਇਹ ਵੀ ਸ਼ੋਸ਼ਣ ਨਾਲ ਸੰਬੰਧਿਤ ਨਹੀਂ, ਇਹ ਵੀ ਨਹੀਂ ਸੰਬੰਧਿਤ, ਇਹ ਸੰਬੰਧਿਤ ਆ। ਇਸੇ ਬਹਾਨੇ ਸਾਰੇ ਫੰਡਾਮੈਂਟਲ ਰਾਈਟਸ ਹੋ ਗਏ। ਨੈਕਸਟ ਅੱਗੇ ਆ ਜਾਓ, ਅਗਲੀ ਗੱਲ ਆ ਗਈ ਸਾਡੇ ਦੇਸ਼ 'ਚ ਰਾਈਟ ਟੂ ਟਰੈਵਲ ਅਬਰੋਡ। ਦੇਖੋ ਇੱਕ ਗੱਲ ਬੜੀ ਸਪਸ਼ਟ ਆ, ਕਹਿੰਦੇ ਸਾਡੇ ਦੇਸ਼ 'ਚ ਨਾ ਇੱਕ ਰਾਈਟ ਆ, ਆਰਟੀਕਲ ਆ 19 ਫਰੀਡਮ,
19 ਕਹਿੰਦਾ ਤੁਸੀਂ ਦੇਸ਼ 'ਚ ਕਿਤੇ ਵੀ ਘੁੰਮ ਸਕਦੇ ਹੋ। ਆਰਟੀਕਲ 19 'ਚ 6 ਪ੍ਰਕਾਰ ਦੀ ਫਰੀਡਮ ਆ, ਤੁਸੀਂ ਕੋਈ ਵੀ ਕਾਰੋਬਾਰ ਕਰ ਸਕਦੇ ਹੋ, ਤੁਸੀਂ ਕਿਤੇ ਵੀ ਘੁੰਮ ਸਕਦੇ ਹੋ, ਕਿਤੇ ਵੀ ਆਪਣੀ ਰਿਹਾਇਸ਼ ਰੈਜ਼ੀਡੈਂਸ ਬਣਾ ਸਕਦੇ ਹੋ, ਤੁਸੀਂ ਯੂਨੀਅਨ ਕੋਆਪਰੇਟਿਵ ਸੁਸਾਇਟੀਆਂ ਜਾਂ ਐਸੋਸੀਏਸ਼ਨਸ ਬਣਾ ਸਕਦੇ ਹੋ, ਤੁਸੀਂ ਖੁੱਲ੍ਹ ਕੇ ਬੋਲ ਸਕਦੇ ਹੋ, ਇਸ ਤਰੀਕੇ ਦੇ 6 ਅਧਿਕਾਰ ਆ। ਮੇਨਕਾ ਗਾਂਧੀ ਦਾ ਭਾਰਤ ਸਰਕਾਰ ਨੇ ਪਾਸਪੋਰਟ ਜ਼ਬਤ ਕਰ ਲਿਆ, ਉਹ ਕੋਰਟ ਚਲੇਗੀ। ਮੇਨਕਾ ਗਾਂਧੀ ਦੇ ਕੇਸ 'ਚ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਨੇ ਕਿਹਾ ਅਸੀਂ ਕਿਤੇ ਵੀ ਕਿਸੇ ਜਾਣ ਦੀ ਕਿਤੇ ਜਾਣ ਦੀ ਆਜ਼ਾਦੀ ਖੋ ਸਕਦੇ ਹਾਂ। ਆਰਟੀਕਲ 19 'ਚ ਕਿਹਾ ਹੈ ਕਿ ਇੱਕ ਬੰਦੇ ਨੂੰ ਕਿਤੇ ਵੀ ਜਾਣ ਦਾ ਅਧਿਕਾਰ ਆ, ਪਰ ਸਰਕਾਰ ਉਹਦੀ ਆਜ਼ਾਦੀ ਉਹਨੂੰ ਕਿਤੇ ਵੀ ਜਾਣ ਤੋਂ ਰੋਕ ਸਕਦੀ ਹੈ। ਸੁਪਰੀਮ ਕੋਰਟ ਨੇ ਮੇਨਕਾ ਗਾਂਧੀ ਕੇਸ 'ਚ ਕਿਹਾ ਕਿ ਭਲੇ ਉਹ ਲੋਕੋ ਰਾਈਟ ਟੂ ਮੂਵ ਅਬਰੋਡ, ਬਾਹਰ ਜਾਣਾ ਉਹਦੇ 'ਚ ਨਹੀਂ ਆਉਂਦਾ। ਆਰਟੀਕਲ 19 ਸਿਰਫ ਦੇਸ਼ ਦੇ ਅੰਦਰ ਆਜ਼ਾਦੀ ਦੀ ਗੱਲ ਕਰਦਾ, ਘੁੰਮਣ ਦੀ ਆਜ਼ਾਦੀ ਦੀ, ਉਹਨੂੰ ਤੁਸੀਂ ਰੋਕ ਸਕਦੇ ਹੋ। ਦੇਸ਼ ਤੋਂ ਬਾਹਰ ਜਾਣ ਤੋਂ ਰੋਕਣਾ ਕਿਸੇ ਬੰਦੇ ਦੀ ਪਰਸਨਲ ਲਿਬਰਟੀ 'ਤੇ ਚੋਟ ਆ, ਉਹਦੀ ਨਿੱਜੀ ਆਜ਼ਾਦੀ 'ਤੇ ਚੋਟ ਆ, ਅਤੇ ਪਰਸਨਲ ਲਿਬਰਟੀ ਅਤੇ ਰਾਈਟ ਟੂ ਲਾਈਫ ਇਸ ਸ਼ਬਦ ਦਾ ਜ਼ਿਕਰ ਆਰਟੀਕਲ 21 'ਚ ਆ। ਇਸ ਕਰਕੇ ਜੇ ਅੱਜ ਤੋਂ ਬਾਅਦ ਕੋਈ ਪੁੱਛੇ ਰਾਈਟ ਟੂ ਟਰੈਵਲ ਅਬਰੋਡ ਕਿਹੜੇ ਆਰਟੀਕਲ ਦਾ ਹਿੱਸਾ ਹੈ, 21 ਆਰਟੀਕਲ ਦਾ ਕਿਹੜੇ ਕੇਸ 'ਚ ਕਿਹਾ ਸੀਗਾ, ਸੋ ਇਸ ਕੇਸ 'ਚ ਕਿਹਾ ਸੀਗਾ ਮੇਨਕਾ ਗਾਂਧੀ। ਜਿਵੇਂ ਨਿੱਜਤਾ ਪ੍ਰਾਈਵੇਸੀ ਇਜ਼ ਅ ਫੰਡਾਮੈਂਟਲ ਰਾਈਟ ਅੰਡਰ ਆਰਟੀਕਲ 21 ਕਿਹੜੇ ਕੇਸ 'ਚ ਕਿਹਾ ਸੀ, ਪੁੱਤੂ ਸਵਾਮੀ ਕੇਸ, ਜਸਟਿਸ ਪੁੱਤੂ ਸਵਾਮੀ ਕੋਰਟ ਚਲੇ ਗਏ ਸੀ। ਉਮੀ ਕ੍ਰਿਸ਼ਨਾ ਕੇਸ ਦੇ ਵਿੱਚ ਕੀ ਕਿਹਾ ਸੀ, ਰਾਈਟ ਟੂ ਐਜੂਕੇਸ਼ਨ, ਵਿੱਦਿਆ ਦਾ ਅਧਿਕਾਰ ਕਮਸ ਅੰਡਰ ਦੀ ਰਾਈਟ ਟੂ ਲਾਈਫ, ਆਰਟੀਕਲ 21 ਦੇ ਵਿੱਚ ਆਉਂਦਾ ਹੈ। ਸੋ ਪੇਪਰ ਦੇ ਵਿੱਚ ਗਿਆਨ ਕੌਰ ਕੇਸ ਦੇ ਵਿੱਚ ਕਿਹਾ ਗਿਆ ਸੀ ਰਾਈਟ ਟੂ ਕਮਿਟ ਸੁਸਾਈਡ ਕਮਸ ਅੰਡਰ ਰਾਈਟ ਟੂ ਲਾਈਫ, ਸੁਸਾਈਡ ਕਰਨ ਦਾ ਅਧਿਕਾਰ ਵੀ ਜੀਵਨ ਦੇ ਅਧਿਕਾਰ ਦੇ ਅੰਦਰ ਆਉਂਦਾ ਹੈ। ਸੋ ਬਹੁਤ ਤਗੜੇ ਤਗੜੇ ਕੇਸ ਸੁਪਰੀਮ ਕੋਰਟ ਦੇ ਵਿੱਚ ਗਏ ਹੋਏ ਆ। ਸੋ ਮੋਸਟ ਇੰਪੋਰਟੈਂਟ ਇਹਨਾਂ ਚੀਜ਼ਾਂ ਨੂੰ ਸਮਝਿਆ ਜਾਵੇ ਕਿ ਰਾਈਟ ਟੂ ਟਰੈਵਲ ਅਬਰੋਡ ਕਿਹੜੇ ਦਾਇਰੇ 'ਚ ਆਉਂਦਾ ਹੈ। ਨੈਕਸਟ, ਉਸ ਤੋਂ ਬਾਅਦ ਆਪਣੇ ਕੋਲ ਆ ਗਿਆ ਅਗਲਾ ਆਰਟੀਕਲ, ਅਗਲਾ ਸਵਾਲ, ਕਹਿੰਦੇ ਰਾਈਟ ਆ ਗਿਆ ਜੀ ਰਾਈਟ ਟੂ ਪ੍ਰਾਈਵੇਸੀ ਦਾ ਕੇਸ, ਨਿੱਜਤਾ ਦਾ ਅਧਿਕਾਰ ਜਿਹੜਾ ਹੈ ਉਹ ਫੈਸਲਾ ਕਿਸ ਜੱਜ ਨੇ ਸੁਣਾਇਆ ਸੀ, ਅਤੇ ਮੈਂ ਤੁਹਾਨੂੰ ਦੱਸਦਾ ਫੈਸਲੇ ਦਾ ਨਾਮ ਸੀ ਜਸਟਿਸ ਪੁੱਤੂ ਸਵਾਮੀ ਕੇਸ। ਕਿਹੜਾ ਕੇਸ ਆ ਜੀ, ਜਸਟਿਸ ਪੁੱਤੂ ਸਵਾਮੀ ਕੇਸ, ਅਤੇ ਫੈਸਲਾ ਸੁਣਾਇਆ ਸੀ ਉਸ ਵੇਲੇ ਦੇ ਤਤਕਾਲੀ ਚੀਫ ਜਸਟਿਸ ਆਫ ਇੰਡੀਆ ਜਸਟਿਸ ਖੇਹਰ ਨੇ, ਅਤੇ 9 ਜੱਜਾਂ ਦੇ ਬੈਂਚ ਨੇ ਯੂਨੈਨੀਮਸਲੀ ਇੱਕ ਤਰਫਾ ਫੈਸਲਾ ਸੁਣਾਇਆ ਸੀ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਜਿਹੜਾ ਫੈਸਲਾ 2014 'ਚ ਹੋਇਆ ਹੋਣੇ ਜੇ, ਠੀਕ ਆ, ਜਿਹਦੇ 'ਚ ਕਿਹਾ ਹੈ ਕਿ ਇਲੈਕਸ਼ਨ ਕਮਿਸ਼ਨਰ, ਚੀਫ ਇਲੈਕਸ਼ਨ ਕਮਿਸ਼ਨਰ ਦੀ ਅਤੇ ਇਲੈਕਸ਼ਨ ਕਮਿਸ਼ਨਰਸ ਦੀ ਨਿਯੁਕਤੀ ਅੱਜ ਤੋਂ ਬਾਅਦ ਰਾਸ਼ਟਰਪਤੀ 3 ਮੈਂਬਰੀ ਕਮੇਟੀ ਦੇ ਕਹਿਣ 'ਤੇ ਕਰੂਗਾ। ਇਹ ਫੈਸਲਾ ਸੁਪਰੀਮ ਕੋਰਟ ਨੇ ਕਿਸ ਕੇਸ ਵਿੱਚ ਸੁਣਾਇਆ, ਮੋਸਟ ਇੰਪੋਰਟੈਂਟ ਕਿਸ ਕੇਸ 'ਚ ਸੁਣਾਇਆ। ਉਸ ਤੋਂ ਬਾਅਦ ਇੱਕ ਹੋਰ, ਉਸ ਕੇਸ ਦਾ ਨਾਮ ਦੱਸੋ ਜਿਹਦੇ 'ਚ ਸੁਪਰੀਮ ਕੋਰਟ ਨੇ ਇਲੈਕਟੋਰਲ ਬੌਂਡਸ, ਚੋਣ ਬੌਂਡਾਂ ਬੌਂਡਸ ਨੂੰ ਗੈਰ ਸੰਵਿਧਾਨਕ, ਅਨਕੋਨਸਟੀਟਿਊਸ਼ਨਲ ਡਿਕਲੇਅਰ ਕੀਤਾ। ਦੋਵੇਂ ਕੇਸ ਇਸੇ ਸਾਲ ਘਟਨਾ 'ਚ ਆਏ ਆ। ਸੋ ਉਹਨਾਂ ਕੇਸਾਂ ਦੇ ਨਾਮ ਬੜੇ ਇੰਪੋਰਟੈਂਟ ਆ, ਅਤੇ ਮੈਂ ਦੋਵਾਂ ਕੇਸਾਂ 'ਚ ਜਿਹੜੇ ਮੁੱਖ ਜੱਜ, ਜਿਹੜੇ ਬੈਂਚ ਬਣੇ ਸੀ, ਉਹਨਾਂ ਬੈਂਚਾਂ ਦੇ ਜਿਹੜੇ ਮੁੱਖ ਜੱਜ ਨੇ, ਕੀ ਪਤਾ ਚੀਫ ਜਸਟਿਸ ਦਾ ਬੈਂਚ ਹੋਵੇ ਜਾਂ ਕਿਸੇ ਹੋਰ ਜੱਜ ਦਾ ਬੈਂਚ ਹੋਵੇ, ਉਸ ਬੈਂਚ ਦੇ ਮੁੱਖ ਜੱਜ ਦਾ ਨਾਮ ਹੀ ਚਾਹੀਦਾ ਮੈਨੂੰ। ਸੋ ਇਹ ਗੱਲਾਂ ਨੇ ਜੋ ਮੋਸਟ ਇੰਪੋਰਟੈਂਟ ਨੇ, ਠੀਕ ਆ। ਦੱਸੋਗੇ ਰਾਮ ਜਨਮਭੂਮੀ ਕੇਸ ਦਾ ਫੈਸਲਾ ਕਿਸ ਜੱਜ ਦੀ ਬੈਂਚ ਨੇ ਸੁਣਾਇਆ ਸੀ, ਨਾਮ ਇਹਨਾਂ ਚਾਰਾਂ 'ਚ ਕਿਤੇ ਲਿਖਿਆ ਹੋਇਆ ਹੈ। ਸੋ ਇਹ ਵੀ ਕਰ ਲਿਓ ਵੀ ਅੱਗੇ। ਹੁਣ ਦੇਖੋ ਗੱਲ ਤਾਂ ਬਹੁਤ ਇੰਪੋਰਟੈਂਟ ਆ, ਸਭ ਤੋਂ ਇੰਪੋਰਟੈਂਟ ਗੱਲ ਆ, ਲਓ ਜੀ ਅਗਲਾ ਸਵਾਲ ਆ ਗਿਆ। ਕਹਿੰਦੇ ਆਰਟੀਕਲ 21 ਦੇ ਵਿੱਚ ਰਾਈਟ ਟੂ ਐਜੂਕੇਸ਼ਨ ਵੀ ਆਉਂਦਾ, ਵਿੱਦਿਆ ਦਾ ਅਧਿਕਾਰ ਵੀ ਆਉਂਦਾ, ਸੁਪਰੀਮ ਕੋਰਟ ਦੇ ਕਿਹੜੇ ਕੇਸ 'ਚ ਇਹ ਫੈਸਲਾ ਸੁਣਾਇਆ ਸੀ, ਉਮੀ ਕ੍ਰਿਸ਼ਨਾ ਵਰਸਿਸ ਸਟੇਟ ਆਫ ਆਂਧਰਾ ਪ੍ਰਦੇਸ਼। ਸੋ ਇਹ ਕੇਸ ਆ ਰਾਈਟ ਟੂ ਐਜੂਕੇਸ਼ਨ, ਵੱਡ ਗੱਲ ਆ ਕਿ ਬਾਅਦ 'ਚ ਸਰਕਾਰ ਬਸ਼ਰਮ ਹੋਈ
ਤੇ 86ਵੀਂ ਸੰਵਿਧਾਨਕ ਸੋਧ ਕਰਕੇ ਸਰਕਾਰ ਨੇ 21A ਨਾਮ ਦਾ ਵੱਖਰਾ ਫੰਡਾਮੈਂਟਲ ਰਾਈਟ, ਰਾਈਟ ਟੂ ਐਜੂਕੇਸ਼ਨ ਬਣਾਤਾ। ਪਰ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦੇਣਾ ਚਾਹੁੰਦਾ ਕਿ ਇਸ ਤੋਂ ਪਹਿਲਾਂ ਸਰਕਾਰ ਨੇ ਇੱਕ ਕਮੇਟੀ ਬਣਾਈ ਸੀ, ਤੁਸੀਂ ਮੈਨੂੰ ਉਸ ਕਮੇਟੀ ਦਾ ਨਾਮ ਦੱਸੋ। ਆਰ ਤੋਂ ਉਸ ਕਮੇਟੀ ਦਾ ਨਾਮ ਸ਼ੁਰੂ ਹੁੰਦਾ, ਹਿੰਟ ਤੁਹਾਡੇ ਵਾਸਤੇ ਆ, 1990 ਚੋਂ ਕਮੇਟੀ ਬਣੀ ਸੀ, ਹਿੰਟ ਤੁਹਾਡੇ ਵਾਸਤੇ ਆ। ਸਰਕਾਰ ਦੀ ਬਣਾਈ ਉਹ ਕਿਹੜੀ ਕਮੇਟੀ ਨੇ ਸਰਕਾਰ ਨੂੰ ਕਿਹਾ ਸੀ ਕਿ ਰਾਈਟ ਟੂ ਐਜੂਕੇਸ਼ਨ ਨੂੰ ਵੀ ਫੰਡਾਮੈਂਟਲ ਰਾਈਟ ਦੇ ਵਿੱਚ ਮੰਨ ਲੈਣਾ ਚਾਹੀਦਾ ਹੈ। ਸੋ ਕਿੱਡੇ ਇੰਪੋਰਟੈਂਟ ਇੰਪੋਰਟੈਂਟ ਸਵਾਲ ਆ ਜਿਹੜੇ ਤੁਹਾਡੇ ਨਾਲ ਡਿਸਕਸ ਹੋ ਰਹੇ ਅੱਜ। ਸੋ ਮੋਸਟ ਇੰਪੋਰਟੈਂਟ ਨੈਕਸਟ ਅਗਲਾ ਸਵਾਲ ਆ ਗਿਆ, ਕਹਿੰਦੇ ਹਾਂ ਆਰਟੀਕਲ 12 ਅਨੁਛੇਦ 12 ਦੇ ਵਿੱਚ ਇੱਕ ਸ਼ਬਦ ਹੁੰਦਾ ਹੈ ਸਟੇਟ, ਰਾਜ, ਇਹਦੀ ਡੈਫੀਨੇਸ਼ਨ 'ਚ ਕੀ ਆ? ਠੀਕ ਹੈ ਜੀ, ਰਾਜ ਦੀ ਡੈਫੀਨੇਸ਼ਨ ਦੇ ਵਿੱਚ ਕੀ ਆਉਂਦਾ ਹੈ? ਬੜੀ ਇੰਪੋਰਟੈਂਟ ਗੱਲ ਆ, ਰਾਜ ਦੀ ਡੈਫੀਨੇਸ਼ਨ ਦੇ ਵਿੱਚ ਭਾਰਤ ਸਰਕਾਰ ਆਉਂਦੀ ਹੈ ਇਕੱਲੀ? ਨਹੀਂ, ਕੀ ਭਾਰਤ ਸਰਕਾਰ? ਭਾਰਤ ਦੀ ਸੰਸਦ ਅਤੇ ਗੌਰਮੈਂਟਸ ਐਂਡ ਲੈਜਿਸਲੇਚਰ, ਰਾਜ ਸਰਕਾਰ ਅਤੇ ਰਾਜ ਦੀ ਸੰਸਦ ਜਿਹੜੀਆਂ ਵਿਧਾਨ ਸਭਾਵਾਂ ਇਹ ਆਉਂਦੀਆਂ। ਅਤੇ ਜੀ ਹੋਰ ਪੜ੍ਹਦੇ ਹਾਂ, ਭਾਰਤ ਸਰਕਾਰ ਅਤੇ ਭਾਰਤ ਦੀ ਸੰਸਦ ਦੇਖਦੇ ਹਾਂ, ਭਾਰਤ ਸਰਕਾਰ, ਭਾਰਤ ਦੀ ਸੰਸਦ, ਰਾਜ ਸਰਕਾਰਾਂ ਅਤੇ ਉਹਨਾਂ ਦੀਆਂ ਅਥਾਰਟੀਜ਼, ਹਰ ਇੱਕੋ ਚੀਜ਼ ਜਿਹੜੀ ਭਾਰਤ ਸਰਕਾਰ ਜਾਂ ਰਾਜ ਸਰਕਾਰ ਦੇ ਅੰਦਰ ਆ, ਜਿੱਥੇ ਭਾਰਤ ਸਰਕਾਰ ਜਾਂ ਰਾਜਾਂ ਸਰਕਾਰਾਂ ਦੇ ਸ਼ੇਅਰ 25% ਤੋਂ ਵੱਧ ਆ, ਅਤੇ ਹਰ ਇੱਕੋ ਅਦਾਰਾ ਜਿਹੜਾ ਇਹਨਾਂ ਦੇ ਨਾਲ ਸੰਬੰਧਿਤ ਆ, ਦੈਟ ਕਮਸ ਅੰਡਰ ਦੀ ਡੈਫੀਨੇਸ਼ਨ ਆਫ ਸਟੇਟ। ਆਰਟੀਕਲ 12 ਸਟੇਟ ਦੀ ਪਰਿਭਾਸ਼ਾ ਬਹੁਤ ਵੱਡੀ ਹੈ। ਸੋ ਮੋਸਟ ਇੰਪੋਰਟੈਂਟ ਗੱਲ ਆ ਕਿ ਸਟੇਟ ਦੀ ਡੈਫੀਨੇਸ਼ਨ ਇੱਕ ਬੜੀ ਵਿਸਤ੍ਰਿਤ ਡੈਫੀਨੇਸ਼ਨ ਆ, ਅਤੇ ਕਈ ਵਾਰੀ ਤਾਂ ਤੁਹਾਨੂੰ ਅੱਧੇ ਘੰਟੇ ਦੀ ਕਲਾਸ ਇਸ ਕੰਮ 'ਚ ਲੱਗ ਜਾਂਦੀ ਆ ਕਿ ਸਟੇਟ ਦੀ ਡੈਫੀਨੇਸ਼ਨ ਜਿਹੜੀ ਆ ਉਹਨੂੰ ਕਿਸ ਤਰੀਕੇ ਨਾਲ ਐਕਸਪਲੇਨ ਕਰਨਾ ਹੈ। ਠੀਕ ਹੈ, ਨੈਕਸਟ, ਉਸ ਤੋਂ ਬਾਅਦ ਅੱਗੇ ਆ ਗਿਆ ਜੀ ਆਪਣੇ ਕੋਲ ਆਰਟੀਕਲ 12। ਠੀਕ ਆ, ਆਰਟੀਕਲ 12 ਆਪਾਂ ਨੂੰ ਇਹ ਕਹਿੰਦਾ ਕਿ ਰਾਈਟ ਟੂ ਫਰੀਡਮ, ਆਜ਼ਾਦੀ ਦਾ ਅਧਿਕਾਰ ਭਾਰਤ ਸੰਵਿਧਾਨ, ਭਾਰਤ ਸਰਕਾਰ ਦੇ, ਭਾਰਤ ਦੇ ਸੰਵਿਧਾਨ ਦੇ ਕਿਹੜੇ ਆਰਟੀਕਲ 'ਚ ਲਿਖਿਆ ਹੈ? ਮੈਂ ਤੁਹਾਨੂੰ ਪੈਸੇ ਵੀ ਦੱਸ ਚੁੱਕਿਆ ਹਾਂ, ਅਤੇ ਇਹ ਬੜੀ ਇੰਪੋਰਟੈਂਟ ਅਤੇ ਬੜੀ ਸਰਲ ਜੀ ਗੱਲ ਆ ਕਿ ਫਰੀਡਮ ਨਾਲ ਸੰਬੰਧਿਤ ਆਰਟੀਕਲ, ਫਰੀਡਮ ਨਾਲ ਸੰਬੰਧਿਤ ਆਰਟੀਕਲ 19 ਤੋਂ ਲੈ ਕੇ 22 ਤੱਕ ਆ। ਅਤੇ ਤੁਹਾਨੂੰ ਮੈਂ ਦੱਸਿਆ ਨਾ ਕਿ ਆਰਟੀਕਲ 19 ਵੀ ਫਰੀਡਮ ਨਾਲ ਸੰਬੰਧਿਤ ਆ, ਜਿਹਦੇ 'ਚ ਸਾਨੂੰ ਕਿੰਨੇ ਪ੍ਰਕਾਰ ਦੀ ਫਰੀਡਮ ਮਿਲੀ ਹੋਈ ਆ? 6 ਪ੍ਰਕਾਰ ਦੀ। ਆਰਟੀਕਲ 20 ਵੀ ਫਰੀਡਮ ਨਾਲ ਸੰਬੰਧਿਤ ਆ, ਅਤੇ ਫਰੀਡਮ ਨਾਲ ਸੰਬੰਧਿਤ ਮਤਲਬ ਇਹ ਆ ਕਿ ਆਰਟੀਕਲ 20 'ਚ ਹਰ ਇੱਕ ਉਸ ਬੰਦੇ ਨੂੰ ਫਰੀਡਮ ਆ ਜਿਸ ਬੰਦੇ ਨੂੰ ਦੋਸ਼ੀ ਬਣਾ ਕੇ ਜੇਲ੍ਹ 'ਚ ਲੈ ਗਏ। ਤੁਸੀਂ ਕਦੀ ਸੁਣਿਆ ਨਾ ਕਿ ਆਰਟੀਕਲ 20 ਦੇ ਵਿੱਚ 3 ਪ੍ਰਕਾਰ ਦੀ ਫਰੀਡਮ ਆ ਜਿਹੜੇ ਬੰਦੇ ਨੂੰ ਤੁਸੀਂ ਦੋਸ਼ੀ ਸਾਬਤ ਕਰ ਰਹੇ ਹੋ? ਪਹਿਲੀ ਗੱਲ, ਇੱਕ ਬੰਦੇ ਨੂੰ ਪਹਿਲਾ ਅਧਿਕਾਰ ਮਿਲਿਆ ਏ ਨੋ ਐਕਸਪੋਸਟ ਫੈਕਟੋ ਲਾਅ, ਬੜਾ ਇੰਪੋਰਟੈਂਟ ਆ। ਇੱਕ ਬੰਦੇ ਨੇ ਜਿਸ ਦਿਨ ਕੋਈ ਕ੍ਰਾਈਮ ਕੀਤਾ ਹੈ, ਜੇ ਉਸ ਦਿਨ ਕੋਈ ਕਾਨੂੰਨ ਹੈ ਕਿ ਉਹਨੂੰ ਦੋਸ਼ੀ ਸਾਬਤ ਕੀਤਾ ਜਾਵੇ ਤਾਂ ਉਹਨੂੰ ਦੋਸ਼ੀ ਸਾਬਤ ਕੀਤਾ ਜਾ ਸਕਦਾ ਹੈ। ਨਵਾਂ ਕਾਨੂੰਨ ਬਣਾ ਕੇ ਬੈਕ ਡੇਟ ਤੋਂ ਲਾਗੂ ਕਰਕੇ ਉਹਨੂੰ ਦੋਸ਼ੀ ਸਾਬਤ ਨਹੀਂ ਕੀਤਾ ਜਾ ਸਕਦਾ। ਅਤੇ ਦੂਜਾ, ਨੋ ਸੈਲਫ ਇਨਕ੍ਰਿਮੀਨੇਸ਼ਨ, ਕਿਸੇ ਵੀ ਸ਼ਖਸ ਨੂੰ ਜਦੋਂ ਉਹਦੇ ਦੋਸ਼ ਲੱਗੇ ਹੋਣ ਉਹਦੀ ਆਪਣੀ ਗਵਾਹੀ ਦੇ ਆਧਾਰ 'ਤੇ ਉਹਨੂੰ ਪੁਲਿਸ ਜਿਹੜੀ ਆ ਉਹ ਦੋਸ਼ੀ ਸਾਬਤ ਨਹੀਂ ਕਰ ਸਕਦੀ। ਕਿੱਡੀ ਇੰਪੋਰਟੈਂਟ ਗੱਲ ਆ। ਤੀਜੀ ਗੱਲ, ਨੋ ਡਬਲ ਜੀਓਪਾਰਟੀ, ਇੱਕ ਬੰਦੇ ਨੂੰ ਇੱਕ ਕ੍ਰਾਈਮ ਦੀ ਇੱਕ ਤੋਂ ਵੱਧ ਵਾਰ ਸਜ਼ਾ ਨਹੀਂ ਮਿਲ ਸਕਦੀ, ਮੋਸਟ ਇੰਪੋਰਟੈਂਟ। ਐਵੇਂ ਆਰਟੀਕਲ 21 ਵੀ ਆਜ਼ਾਦੀ ਨਾਲ ਸੰਬੰਧਿਤ ਆ ਜਿਹਦੇ ਬਾਰੇ ਮੈਂ ਪਿੱਛੇ ਜੇ ਦੱਸ ਕੇ ਹਟਿਆ, ਅਤੇ ਆਰਟੀਕਲ 22 ਵੀ, ਜਦੋਂ ਕਿਸੇ ਬੰਦੇ ਨੂੰ ਅਰੈਸਟ ਕਰਨਾ ਹੋਵੇ ਉਸ ਵੇਲੇ ਜਿਹੜੇ ਰਾਈਟਸ ਨੇ, ਅਧਿਕਾਰ ਨੇ, ਉਹ ਆਰਟੀਕਲ 22 'ਚ ਦਿੱਤੇ ਆ। ਸੋ ਤੁਸੀਂ ਆਪ ਦੱਸੋ, ਕਹੋ ਸਰ 14 ਆਰਟੀਕਲ 18, ਇਹ ਤਾਂ 14 ਤੋਂ ਲੈ ਕੇ 18 ਤੱਕ ਇਕੁਐਲਿਟੀ ਦੇ ਰਾਈਟਸ 'ਚ ਆਉਂਦਾ ਹੈ।
23 ਤੇ 24 ਰਾਈਟ ਅਗੇਂਸਟ ਐਕਸਪਲੋਇਟੇਸ਼ਨ ਸ਼ੋਸ਼ਣ ਦੇ ਖਿਲਾਫ ਅਧਿਕਾਰਾਂ 14 ਦੇ ਉੱਪਰ ਦੱਸਿਆ ਆਰਟੀਕਲ 23 ਤੇ 24 ਤੇ ਐਕਸਪਲੋਇਟੇਸ਼ਨ ਫਰੀਡਮ ਵਾਲੇ ਸਭ ਨੂੰ ਪਤਾ ਹੈ 14 ਤੋਂ ਲੈ ਕੇ 18 ਤੱਕ ਸਮਾਨਤਾ ਦੇ ਅਧਿਕਾਰ ਇਕੁਐਲਿਟੀ ਦੇ ਰਾਈਟ 19 ਤੋਂ ਲੈ ਕੇ 22 ਤੱਕ ਆਜ਼ਾਦੀ ਫਰੀਡਮ ਦੇ ਅਧਿਕਾਰ 23 ਤੋਂ ਲੈ ਕੇ 24 ਤੱਕ ਐਕਸਪਲੋਇਟੇਸ਼ਨ ਸ਼ੋਸ਼ਣ ਦੇ ਖਿਲਾਫ ਅਧਿਕਾਰ 25 ਤੋਂ ਲੈ ਕੇ 28 ਤੱਕ ਰਿਲੀਜੀਅਸ ਧਾਰਮਿਕ ਆਜ਼ਾਦੀ ਦੇ ਅਧਿਕਾਰ 29 ਤੋਂ ਲੈ ਕੇ 30 ਤੱਕ ਕਲਚਰਲ ਐਂਡ ਐਜੂਕੇਸ਼ਨਲ ਸੱਭਿਆਚਾਰਕ ਤੇ ਵਿਦਿਅਕ ਅਧਿਕਾਰ 31 ਆਰਟੀਕਲ ਜਾਇਦਾਦ ਦਾ ਅਧਿਕਾਰ ਜਿਹੜਾ ਹੁਣ ਖਤਮ ਕਰ ਦਿੱਤਾ ਗਿਆ 44ਵੀਂ ਕਨਸਟੀਟਿਊਸ਼ਨਲ ਅਮੈਂਡਮੈਂਟ ਨਾਲ 1978 ਚ ਮੁਰਾਰਜੀ ਦਸਾਈ ਦੀ ਸਰਕਾਰ ਨੇ ਉਸ ਤੋਂ ਪਹਿਲਾਂ ਇਹ ਵੀ ਅਧਿਕਾਰ ਸੀ ਆਰਟੀਕਲ 32 ਜਿਹਨੂੰ ਦੇਸ਼ ਦੇ ਸੰਵਿਧਾਨ ਨਿਰਮਾਤਾ ਬੀ ਆਰ ਅੰਬੇਦਕਰ ਨੇ ਸੰਵਿਧਾਨ ਦੀ ਆਤਮਾ ਤੇ ਦਿਲ ਹਰਟ ਐਂਡ ਸੋਲ ਆਫ ਕਨਸਟੀਟਿਊਸ਼ਨ ਕਿਹਾ ਕਨਸਟੀਟਿਊਸ਼ਨਲ ਰੈਮੇਡੀਜ਼ ਸੰਵਿਧਾਨਕ ਉਪਚਾਰਾਂ ਦਾ ਅਧਿਕਾਰ ਕਿ ਜੇ ਉੱਪਰਲੇ ਰਾਈਟ ਖੋਏ ਗਏ ਭਲੇ ਉਹ ਕਿਵੇਂ ਬਚਾਉਣਗੇ ਸੋ ਇਹ ਸਭ ਤੋਂ ਇੰਪੋਰਟੈਂਟ ਜੇ ਪ੍ਰੋਪਰਟੀ ਨੂੰ ਗਿਣੀਏ ਤਾਂ ਓਰੀਜਨਲ ਕਨਸਟੀਟਿਊਸ਼ਨ 'ਚ 7 ਫੰਡਾਮੈਂਟਲ ਰਾਈਟ ਸੀ ਘੱਟ ਤੇ ਹੁਣ 6 ਰਹਿ ਗਏ ਕਿਉਂਕਿ 31 ਨੰਬਰ ਆਰਟੀਕਲ ਜਿਹੜਾ ਕਿ ਸਾਡਾ 6 ਨੰਬਰ ਰਾਈਟ ਹੁੰਦਾ ਸੀ ਉਹ ਡਿਲੀਟ ਕਰ ਦਿੱਤਾ ਗਿਆ ਤੇ ਤੁਹਾਨੂੰ ਪਤਾ ਅੱਜ ਦੀ ਘੜੀ 'ਚ ਇਹ ਰਾਈਟ ਇੱਥੋਂ ਸਿੱਟ ਕੇ ਕਨਸਟੀਟਿਊਸ਼ਨ ਦਾ ਇੱਕ ਆਰਟੀਕਲ ਆ 300 ਉਸ ਤੋਂ ਅੱਗੇ 300A ਜਿਹੜਾ ਕਿ ਭਾਰਤ ਦੇ ਸੰਵਿਧਾਨ ਦਾ ਭਾਗ ਨੰਬਰ 12 ਹੈ ਉੱਥੇ ਸਿੱਟ ਦਿੱਤਾ ਗਿਆ ਤੇ ਹੁਣ ਜਸਟ ਇੱਕ ਲੀਗਲ ਰਾਈਟ ਬਣ ਕੇ ਰਹਿ ਗਿਆ ਲੀਗਲ ਰਾਈਟ ਜਿਹਨੂੰ ਅਸੀਂ ਕਾਨੂੰਨੀ ਅਧਿਕਾਰ ਕਹਿੰਦੇ ਹਾਂ ਉਹ ਫੰਡਾਮੈਂਟਲ ਰਾਈਟ ਬੁਨਿਆਦੀ ਅਧਿਕਾਰਾਂ ਤੋਂ ਹਲਕੇ ਕਿਸਮ ਦਾ ਰਾਈਟ ਹੁੰਦਾ ਹੈ ਹਲਕੇ ਕਿਸਮ ਦਾ ਸਮਝ ਗਏ ਨਾ ਹਲਕਾ ਕਿਸਮ ਮਤਲਬ ਹਲੇ ਕੇ ਹਲਕੇ ਕਿਸਮ ਦਾ ਉਮੀਦ ਕਰਦਾ ਕਿ ਇਹ ਗੱਲ ਸਮਝ ਆ ਗਈ ਹੋਊਗੀ ਨੈਕਸਟ ਉਸ ਤੋਂ ਬਾਅਦ ਅੱਗੇ ਆ ਜਾਓ ਅੱਗੇ ਕਹਿੰਦਾ ਦੁਨੀਆ ਚੋਂ ਪਹਿਲਾ ਦੇਸ਼ ਕਿਹੜਾ ਹੈ ਜਿਹਨੇ ਔਰਤਾਂ ਨੂੰ ਵੋਟਾਂ ਦਾ ਅਧਿਕਾਰ ਦਿੱਤਾ ਸੀ ਦੇਖੋ ਵੈਸੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਨਿਊਜ਼ੀਲੈਂਡ ਦੁਨੀਆ ਦੇ ਉਹ ਪਹਿਲੇ ਦੇਸ਼ਾਂ ਚੋਂ ਆ ਜਿਹਨੇ ਔਰਤਾਂ ਨੂੰ ਵੋਟ ਦਾ ਅਧਿਕਾਰ ਦਿੱਤਾ 1893 'ਚ ਇਹਦੇ ਨਾਲ ਬਾਅਦ 'ਚ ਆਸਟ੍ਰੇਲੀਆ ਫਿਨਲੈਂਡ ਤੇ 1950 'ਚ ਭਾਰਤ ਦਾ ਸੰਵਿਧਾਨ ਬਣਿਆ ਤਾਂ ਭਾਰਤ ਨੇ ਔਰਤਾਂ ਨੂੰ ਵੋਟਾਂ ਦਾ ਅਧਿਕਾਰ ਦਿੱਤਾ ਮੋਸਟ ਇੰਪੋਰਟੈਂਟ ਗੱਲ ਤੁਸੀਂ ਦੱਸ ਸਕਦੇ ਹੋ ਭਾਰਤ ਦੇ ਵਿੱਚ ਬਾਲਕ ਅਧਿਕਾਰ ਯੂਨੀਵਰਸਲ ਅਡਲਟ ਫਰੈਂਚਾਈਜ਼ ਕਿ ਹਰ ਇੱਕ ਬੰਦਾ ਜਿਹੜਾ ਬਾਲਗ ਆ ਉਹ ਵੋਟ ਪਾ ਸਕਦਾ ਇਹਦਾ ਅਧਿਕਾਰ ਭਾਰਤੀਆਂ ਨੂੰ ਕਦੋਂ ਮਿਲਿਆ ਤੁਸੀਂ ਕਹੋਗੇ ਸਰ ਇਹ ਕਿੱਡੀ ਔਖੀ ਗੱਲ ਆ ਜਦੋਂ 1952 'ਚ ਪਹਿਲੀ ਵਾਰੀ ਵੋਟਾਂ ਪਈਆਂ ਗਲਤ ਉਦੋਂ ਤਾਂ ਮਿਲਿਆ ਹੀ ਮਿਲਿਆ ਸਭ ਨੂੰ ਉਸ ਤੋਂ ਵੀ ਪਹਿਲਾਂ 1948 'ਚ ਭਾਰਤ ਦੀ ਇੱਕ ਸਟੇਟ ਸੀ ਮਨੀਪੁਰ ਉੱਥੇ ਰਾਜੇ ਬੁੱਧ ਆਚਾਰਿਆ ਨੇ ਲੋਕਾਂ ਤੋਂ ਜਨਮਤ ਸੰਗ੍ਰਹਿ ਕਰਾਇਆ ਸੀ ਰੈਫਰੈਂਡਮ ਜਾਂ ਪਲੈਬੀਸਾਈਟ ਕਰਾਇਆ ਸੀ ਕਿ ਮੈਨੂੰ ਭਾਰਤ 'ਚ ਮਿਲਣਾ ਚਾਹੀਦਾ ਕਿ ਨਹੀਂ ਉੱਥੇ ਵੀ ਯੂਨੀਵਰਸਲ ਅਡਲਟ ਫਰੈਂਚਾਈਜ਼ ਬਾਲਕ ਵੋਟਰ ਅਧਿਕਾਰ ਸਭ ਨੂੰ ਦੇ ਦਿੱਤਾ ਗਿਆ ਸੀ ਵੈਰੀ ਮੱਚ ਇੰਟਰਸਟਿੰਗ ਪੁਆਇੰਟ ਬਹੁਤ ਬਹੁਤ ਜ਼ਿਆਦਾ ਇੰਟਰਸਟਿੰਗ ਪੁਆਇੰਟ ਆਏ ਸੋ ਇਹਦੇ 'ਤੇ ਬਹੁਤ ਪੇਪਰ 'ਚ ਸਵਾਲ ਵੀ ਆ ਸਕਦੇ ਆ ਸੋ 13ਵਾਂ ਸਵਾਲ ਆਪਣੇ ਆਪ ਦੇ ਵਿੱਚ ਐਡਾ ਫੈਕਚੁਅਲ ਸੀ ਤੁਹਾਨੂੰ ਪਤਾ ਯੂਨੀਵਰਸਲ ਅਡਲਟ ਫਰੈਂਚਾਈਜ਼ ਕੌਂਸਟੀਟਿਊਸ਼ਨ ਦਾ ਆਰਟੀਕਲ 326 ਹੈ ਅਤੇ ਤੁਹਾਡੀ ਜਾਣਕਾਰੀ ਲਈ ਦੱਸਦਾ ਕੌਂਸਟੀਟਿਊਸ਼ਨ 'ਚ 1988 'ਚ 61st ਕੌਂਸਟੀਟਿਊਸ਼ਨਲ ਅਮੈਂਡਮੈਂਟ ਹੋਈ 61ਵੀਂ ਸੰਵਿਧਾਨਕ ਸੋਧ ਜਿਹੜੀ ਲਾਗੂ 1989 'ਚ ਹੋਈ ਆ ਜਾ ਕੇ ਇਹਦੇ ਮੁਤਾਬਕ ਭਾਰਤ ਦੇ ਸੰਵਿਧਾਨ ਦੇ ਵਿੱਚ 21 ਸਾਲ ਜੋ ਕਿ ਇੱਕ ਅਡਲਟ ਹੋਣ ਦੀ ਉਮਰ ਸੀ ਉਹਨੂੰ ਘਟਾ ਕੇ ਫਿਰ ਕਿੰਨਾ ਕਰ ਦਿੱਤਾ ਗਿਆ 18 ਸਾਲ ਮੈਂ ਐਡੀ ਤਗੜੀ ਐਕਸਪਲੇਨੇਸ਼ਨ ਲਿਖ ਤਾਂ ਨਹੀਂ ਸਕਦਾ ਕਿਉਂਕਿ ਮੌਕੇ 'ਤੇ ਮੈਨੂੰ ਪਤਾ ਹੀ ਨਹੀਂ ਹੁੰਦਾ ਕਿ ਮੈਂ ਕਿਹੜੇ ਹੋਰ ਨਾਲ ਚਾਰ ਫੈਕਟ ਦੱਸ ਦੇਣੇ ਆ ਹੁਣ ਮੈਨੂੰ ਥੋੜ੍ਹਾ ਪਤਾ ਸੀ ਕਿ ਮੈਂ ਮਨੀਪੁਰ ਵਾਲਾ ਕਿੱਸਾ ਸੁਣਾਉਣਾ ਹੈ ਇਹ ਤਾਂ ਹੁਣ ਤੁਹਾਡੀ ਸਿਰਦਰਦੀ ਆ ਕਿ ਤੁਸੀਂ ਟੈਸਟ ਦੇ ਸਲਿਊਸ਼ਨ ਦੇ ਨਾਲ ਕਿੰਨਾ ਕੁ ਕੁਛ ਲਿਖ ਸਕਦੇ ਹੋ ਜਿਵੇਂ ਕਿ ਮੈਂ ਆਪਾਂ ਨੂੰ ਪਤਾ ਹੀ ਆ ਕਿ ਮੈਂ ਕਲਾਸ 'ਚ ਪੜ੍ਹਾਉਣਾ ਅਤੇ ਮੈਂ ਹਮੇਸ਼ਾ ਬੱਚਿਆਂ ਨੂੰ ਕਹਿੰਦਾ ਜਿੰਨਾ ਵੱਧ ਤੋਂ ਵੱਧ ਤੁਸੀਂ ਇੱਥੇ ਔਫਲਾਈਨ ਬਹਿ ਕੇ ਮੇਰੇ ਕੋਲ ਸੁਣੋਗੇ ਅਤੇ ਵੱਧ ਤੋਂ ਵੱਧ ਉਹ ਸਾਰੀਆਂ ਚੀਜ਼ਾਂ ਨੂੰ ਘਰੇ ਬਹਿ ਕੇ ਲਾਇਬ੍ਰੇਰੀ ਬਹਿ ਕੇ ਰਿਟੇਨ ਕਰੋਗੇ
ਉਹ ਤੁਹਾਡੇ ਹੀ ਫਾਇਦੇ ਵਾਲੀ ਗੱਲ ਆ। ਖੈਰ, ਭਾਰਤ ਦੇ ਸੰਵਿਧਾਨ ਦਾ ਕਿਹੜਾ ਭਾਗ ਆ ਜਿਹਨੂੰ ਮੈਗਨਾ ਕਾਰਟਾ ਕਿਹਾ ਗਿਆ? ਤੁਹਾਨੂੰ ਪਤਾ ਨਾ ਮੈਗਨਾ ਕਾਰਟਾ ਸ਼ਬਦ ਜਿਹੜਾ ਏ ਇਹ ਇੰਗਲੈਂਡ 'ਚ 12ਵੀਂ ਸਦੀ ਦੇ ਵਿੱਚ ਕਿੰਗ ਜੌਨ ਦੇ ਵੇਲੇ ਆਇਆ ਸੀਗਾ। ਤੇ ਭਾਰਤ ਦੇ ਫੰਡਾਮੈਂਟਲ ਰਾਈਟਸ ਜਿਹੜੇ ਕਿ ਭਾਰਤ ਦੇ ਸੰਵਿਧਾਨ ਦੇ ਭਾਗ 3 ਵਿੱਚ ਨੇ ਉਹਨਾਂ ਨੂੰ ਮੈਗਨਾ ਕਾਰਟਾ ਕਿਹਾ ਗਿਆ। ਸੋ ਮੋਸਟ ਇੰਪੋਰਟੈਂਟ ਗੱਲ ਆ, 1215 'ਚ ਕਹਿੰਦੇ ਆ ਕਿੰਗ ਜੌਨ ਨਾਮ ਦੇ ਅੰਗਰੇਜ਼ ਰਾਜੇ ਨੇ ਆਪਣੀ ਪ੍ਰਜਾ 'ਚ ਜਿਹੜੇ ਉੱਚ ਜਾਤੀ ਦੇ ਲੋਕ ਸੀ ਨਾ ਬੈਰਨਸ, ਉਹਨਾਂ ਨੂੰ ਪਹਿਲੀ ਵਾਰੀ ਇੱਕ ਹੱਕਾਂ ਦਾ ਦਸਤਾਵੇਜ਼ ਲਿਖ ਕੇ ਦਿੱਤਾ ਸੀ ਕਿ ਮੈਂ ਤੁਹਾਨੂੰ ਹੱਕ ਦਿੱਤੇ, ਅਤੇ ਉਹਨੂੰ ਮੈਗਨਾ ਕਾਰਟਾ ਕਿਹਾ ਗਿਆ। ਸੋ ਦੁਨੀਆ 'ਚ ਜਦੋਂ ਵੀ ਕੋਈ ਹੱਕਾਂ ਦਾ ਡਾਕੂਮੈਂਟ ਬਣਦਾ ਹੈ, ਕਿਸੇ ਦੇ ਰਾਈਟਸ ਦਾ ਡਾਕੂਮੈਂਟ ਬਣਦਾ ਹੈ, ਉਹਨੂੰ ਲੋਕ ਮੈਗਨਾ ਕਾਰਟਾ ਹੀ ਕਹਿੰਦੇ ਆ। ਜਿਵੇਂ ਫੰਡਾਮੈਂਟਲ ਰਾਈਟਸ ਨੂੰ ਭਾਰਤ ਦੇ ਕੌਂਸਟੀਟਿਊਸ਼ਨ ਦੇ ਵਿੱਚ ਮੈਗਨਾ ਕਾਰਟਾ ਕਹਿ ਕੇ ਮੰਨਿਆ ਜਾਂਦਾ ਹੈ। ਸੋ ਮੋਸਟ ਇੰਪੋਰਟੈਂਟ ਫੈਕਟ ਆ, ਠੀਕ ਆ। ਸੋ ਅੱਗੇ ਆਪਣੇ ਕੋਲ ਆ ਗਿਆ ਕਿ ਰਿਲੀਜੀਅਸ ਫਰੀਡਮ, ਧਾਰਮਿਕ ਆਜ਼ਾਦੀ, 25 ਤੋਂ ਲੈ ਕੇ 28 ਅਨੁਛੇਦ। ਸੋ ਮੋਸਟ ਇੰਪੋਰਟੈਂਟ, ਸਗੋਂ ਮੈਂ 25, 26, 27 ਅਤੇ 28 ਸਾਰੇ ਆਰਟੀਕਲਸ ਦੀ ਐਕਸਪਲੇਨੇਸ਼ਨ ਕਰ ਚੁੱਕੇ ਹਾਂ, ਅਤੇ ਮੈਂ ਤੁਹਾਨੂੰ ਦੱਸਿਆ 32 ਆਰਟੀਕਲ ਤੱਕ ਦੱਸਿਆ ਕਿ ਬਈ 14 ਤੋਂ ਲੈ ਕੇ 18 ਤੱਕ, 19 ਤੋਂ ਲੈ ਕੇ 22 ਤੱਕ, 23 ਤੋਂ ਲੈ ਕੇ 24 ਤੱਕ, 25 ਤੋਂ ਲੈ ਕੇ 28 ਤੱਕ, 29 ਤੋਂ ਲੈ ਕੇ 30 ਤੱਕ, 31 ਜਿਹੜਾ ਕਿ ਡਿਲੀਟ ਹੋ ਗਿਆ, ਅਤੇ 32 ਇਹ ਫੰਡਾਮੈਂਟਲ ਰਾਈਟਸ ਨੇ। 12 ਆਰਟੀਕਲ 'ਚ ਆ ਕਿ ਜਿਹੜੀ ਸਟੇਟ ਨੇ ਤੁਹਾਨੂੰ ਰਾਈਟਸ ਦੇਣੇ ਆ ਉਹਦੀ ਪਰਿਭਾਸ਼ਾ ਕੀ ਆ। 13 ਆਰਟੀਕਲ ਆ ਕਿ ਕੋਈ ਵੀ ਅਜਿਹਾ ਕਾਨੂੰਨ ਨਹੀਂ ਬਣਾਇਆ ਜਾ ਸਕਦਾ ਜੋ ਬੁਨਿਆਦੀ ਅਧਿਕਾਰ ਭਾਵ ਫੰਡਾਮੈਂਟਲ ਰਾਈਟਸ ਦੀ ਭਾਵਨਾ ਦੇ ਖਿਲਾਫ ਹੋਵੇ, ਅਤੇ ਜੇ ਹੋਊਗਾ ਸੁਪਰੀਮ ਕੋਰਟ ਉਹਨੂੰ ਖਾਰਜ ਕਰ ਸਕਦੀ ਹੈ। ਆਰਟੀਕਲ 33, 34 ਅਤੇ 35 ਵੀ ਕੁਛ ਐਵੇਂ ਜੇ ਦੇ ਹੀ ਆ। ਆਰਟੀਕਲ 33 ਸਾਫ਼ ਕਹਿੰਦਾ ਹੈ ਕਿ ਜਿਹੜੇ ਪੁਲਿਸ ਬਲ ਹੁੰਦੇ ਆ ਜਾਂ ਨੀਮ ਦਸਤਾ ਦਲ, ਆਰਮਡ ਫੋਰਸਿਸ ਹੁੰਦੀਆਂ ਹੈ, ਉਹਨਾਂ ਦੇ ਅਧਿਕਾਰਾਂ ਨੂੰ ਸੰਸਦ ਕਾਨੂੰਨ ਬਣਾ ਕੇ ਰਿਸਟ੍ਰਿਕਟ ਕਰ ਸਕਦੀ ਹੈ। ਆਰਟੀਕਲ 34 ਸਾਫ਼ ਤੌਰ 'ਤੇ ਕਹਿੰਦਾ ਹੈ ਕਿ ਜਿੱਥੇ ਮਾਰਸ਼ਲ ਲਾਅ, ਪੁਲਿਸ ਲਾਅ, ਮਿਲਟਰੀ ਲਾਅ ਲੱਗ ਜੇ ਉੱਥੇ ਲੋਕਾਂ ਦੇ ਹੱਕ ਖੋਏ ਜਾ ਸਕਦੇ ਆ। ਆਰਟੀਕਲ 35 ਕਹਿੰਦਾ ਹੈ ਫੰਡਾਮੈਂਟਲ ਰਾਈਟਸ, ਬੁਨਿਆਦੀ ਅਧਿਕਾਰਾਂ ਨਾਲ ਸੰਬੰਧਿਤ ਜਿੰਨੇ ਵੀ ਕਾਨੂੰਨ ਹੋਣਗੇ, ਚਾਹੇ ਉਹ ਕਾਨੂੰਨ ਸਟੇਟ ਸਰਕਾਰ ਦੇ ਦਾਇਰੇ 'ਚ ਆਉਂਦੇ ਆ, ਸਟੇਟ ਲਿਸਟ 'ਚ ਆਉਂਦੇ ਆ, ਚਾਹੇ ਉਹ ਕਿਸੇ ਵੀ ਸੂਚੀ 'ਚ ਆਉਂਦੇ ਆ, ਉੱਥੇ ਕਾਨੂੰਨ ਕੇਵਲ ਅਤੇ ਕੇਵਲ ਪਾਰਲੀਮੈਂਟ ਹੀ ਬਣਾ ਸਕਦੀ ਹੈ। ਆਰਟੀਕਲ 35 ਵੀ ਕਿਸੇ ਨੂੰ ਘੱਟ ਹੀ ਸਮਝ ਆਉਂਦਾ ਹੈ। 35A ਭਾਰਤ ਦੇ ਸੰਵਿਧਾਨ ਦੇ ਵਿੱਚ ਪਹਿਲਾਂ ਐਡ ਕੀਤਾ ਗਿਆ ਸੀ 1953-54 'ਚ ਰਾਸ਼ਟਰਪਤੀ ਦੇ ਹੁਕਮਾਂ 'ਤੇ। ਤੁਸੀਂ ਸੋਚਿਆ ਕਿ ਕੌਂਸਟੀਟਿਊਸ਼ਨ 'ਚ ਕੋਈ ਆਰਟੀਕਲ ਅਮੈਂਡਮੈਂਟ ਕਰਕੇ ਨਾ ਰਾਸ਼ਟਰਪਤੀ ਦੇ ਹੁਕਮਾਂ 'ਤੇ ਹੀ ਕਰ ਦਿੱਤਾ ਜਾਵੇ? ਉਹ 35A ਸੀ। ਇਹ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਵਿਸ਼ੇਸ਼ ਫੰਡਾਮੈਂਟਲ ਰਾਈਟ ਦਿੰਦਾ ਸੀ ਰਿਜ਼ਰਵੇਸ਼ਨ ਦੇ। ਜਿਸ ਸਾਲ 370 ਦੇ ਮੈਡਲ ਪਿਆ ਸੀ, ਅਗਸਤ 2019 'ਚ, 35A ਵੀ ਨਾਲ ਖਤਮ ਹੋਇਆ ਸੀ। ਕਈ ਲੋਕਾਂ ਨੂੰ ਨਹੀਂ ਪਤਾ, ਕਿਉਂਕਿ 370 ਦੇ ਵਿੱਚ ਵਿਸ਼ੇਸ਼ ਦਰਜਾ ਖਤਮ ਹੋਇਆ, ਅਤੇ 35A 'ਚ ਜਿਹੜੇ ਵਿਸ਼ੇਸ਼ ਰੂਪ 'ਚ ਕਸ਼ਮੀਰੀਆਂ ਨੂੰ ਫੰਡਾਮੈਂਟਲ ਰਾਈਟਸ ਮਿਲੇ ਸੀ, ਮੈਡਲ ਉਹਨਾਂ ਦੇ ਵੀ ਪੈ ਗਿਆ। ਸੋ ਉਮੀਦ ਕਰਦਾ ਕਿ ਇਹ 15 ਕੁਸ਼ਚਨਸ ਤੁਹਾਨੂੰ ਸਮਝ ਆ ਗਏ ਹੋਣਗੇ। ਇਸ ਤੋਂ ਬਿਨਾਂ ਵੀ ਪੰਜਾਬੀ ਦੇ ਬਹੁਤ ਅੱਛੇ ਕੁਸ਼ਚਨਸ ਕਿ ਕਿਹੜੀ ਰਚਨਾ ਸ਼੍ਰੀ ਗੁਰੂ ਰਾਮਦਾਸ ਜੀ ਦੀ ਹੈ, ਬਹੁਤ ਸੋਹਣਾ ਪਿਆਰਾ ਕੁਸ਼ਚਨ ਸੀਗਾ। ਨੈਕਸਟ, ਉਸ ਤੋਂ ਬਾਅਦ 17ਵਾਂ ਕੁਸ਼ਚਨ ਵਿਸ਼ਰਾਮ ਚਿੰਨ, ਤੁਸੀਂ ਸਕਰੀਨਸ਼ੋਟ ਲੈ ਸਕਦੇ ਹੋ। ਬਹੁਤ ਵਧੀਆ ਕੁਸ਼ਚਨਸ, ਭਾਸ਼ਾ ਦੀ ਛੋਟੀ ਤੋਂ ਛੋਟੀ ਧੁਨੀਆਤਮਕ ਇਕਾਈ ਕਿਹੜੀ ਆ, ਕਿਉਂਕਿ ਉਥਾਨ ਦਾ ਵਿਰੋਧੀ ਸ਼ਬਦ ਕੀ ਆ। ਉਸ ਤੋਂ ਬਾਅਦ ਜਿਉਂ ਤਿਉਂ ਪ੍ਰੇਮ, ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੇ ਆਓ। ਸੋ ਇਹ ਸ਼ਬਦ ਦੀ ਜਿਹੜੀ ਆ ਰਚਨਾ ਕਿਹਨੇ ਕੀਤੀ? ਸੋ ਤਖਤੀ ਹੋਈ ਮੁਹਾਵਰੇ ਦਾ ਅਰਥ, ਬੜਾ ਮਤਲਬ ਕਿ ਹੁਣੇ ਕੁਸ਼ਚਨ ਆ।
ਉਸ ਤੋਂ ਬਾਅਦ ਇੱਕ ਬਹੁਤ ਵੱਡਾ ਪੈਰਾ ਹੈ ਉਹਦੇ ਚ ਕਿਰਿਆ ਵਿਸ਼ੇਸ਼ਣਾਂ ਦੇ ਅਰਥ ਦੇ ਆਧਾਰ ਤੇ ਵਰਗ ਦੱਸਣੇ ਆ। ਸੋ ਬੜਾ ਅਲਟੀਮੇਟ ਕੁਐਸਚਨ ਇਹ ਵੀ। ਇਸ ਤੋਂ ਬਾਅਦ ਆਪਣੇ ਕੋਲ ਆ ਗਿਆ ਸਮੇਂ ਦੀ ਦੇਸੀ ਇਕਾਈ ਘੜੀ ਕਿੰਨੇ ਸਮੇਂ ਦੀ ਹੁੰਦੀ ਹੈ। ਸੋ ਇਹ ਵੀ ਆਪਾਂ ਨੂੰ ਬੜਾ ਅਲਟੀਮੇਟ ਕੁਐਸਚਨ ਹੈ ਵੀ ਇੱਕ, ਠੀਕ ਹੈ। ਸੋ ਨੈਕਸਟ ਉਸ ਤੋਂ ਬਾਅਦ ਹੋਰ ਪਛੇਤਰ ਜਿਹੜਾ ਹੈ ਉਹ ਕਿਹਦੇ ਕਿਹਦੇ ਨਾਲ ਲੱਗ ਸਕਦਾ ਹੈ। ਸੋ ਇਹ ਵੀ ਇੱਕ ਵਧੀਆ ਕੁਐਸਚਨ ਸੀਗਾ। ਨੈਕਸਟ ਉਸ ਤੋਂ ਬਾਅਦ ਆ ਗਿਆ ਵਾਲਾ ਪਛੇਤਰ ਵਾਲਾ, ਤੇ ਨੈਕਸਟ ਉਸ ਤੋਂ ਬਾਅਦ ਗਰਬੜੇ ਦਾ ਤਿਉਹਾਰ ਜਿਹੜਾ ਹੈ। ਨੈਕਸਟ ਉਸ ਤੋਂ ਬਾਅਦ ਬਲਵਾਚੀ ਨਿਪਾਤ ਚੁਣਨਾ ਸੀ ਇਹਦੇ 'ਚ, ਠੀਕ ਹੈ। ਸੋ ਇਸ ਤੋਂ ਬਾਅਦ ਮੁਹਾਵਰਾ ਸੀਗਾ। ਨੈਕਸਟ ਉਸ ਤੋਂ ਬਾਅਦ ਆਪਣੇ ਕੋਲ ਆ ਗਿਆ ਦੇਸੀ ਮਹੀਨਿਆਂ ਦੇ ਨਾਵਾਂ ਨੂੰ ਇੱਕ ਕਰਮ ਚਲਾਉਣਾ ਸੀ। ਨੈਕਸਟ ਉਸ ਤੋਂ ਬਾਅਦ ਆਪਣੇ ਕੋਲ ਆ ਗਿਆ ਤੇ ਮੀਨਸ ਕਿ ਵਾਚ ਜਿਹੜਾ ਵਾਕ ਸੀ ਉਹਦਾ ਵਚਨ ਬਦਲਣਾ ਸੀਗਾ, ਠੀਕ ਹੈ। ਸੋ ਇਸ ਤੋਂ ਬਾਅਦ ਮੈਥ ਦੇ ਕੁਛ ਸਵਾਲ ਸੀਗੇ, ਸਕਰੀਨਸ਼ਾਟ ਇਸ ਕਰਕੇ ਕਿ ਜੇ ਕਿਸੇ ਨੇ ਲੈ ਕੇ ਟਰਾਈ ਕਰਨੇ ਹੋਣ ਤਾਂ ਜ਼ਰੂਰ ਉਹ ਆਪਣੇ ਲੈਵਲ 'ਤੇ ਟਰਾਈ ਕਰ ਸਕਦਾ ਹੈ, ਅਗਲੇ ਦਾ ਸਕਰੀਨਸ਼ਾਟ ਲਿਆ ਜਾਵੇ। ਉਸ ਤੋਂ ਬਾਅਦ ਅਗਲੇ ਸਵਾਲ ਦਾ ਸਕਰੀਨਸ਼ਾਟ ਲਿਆ ਜਾਵੇ। ਉਸ ਤੋਂ ਬਾਅਦ ਅਗਲੇ ਸਵਾਲ ਦਾ ਸਕਰੀਨਸ਼ਾਟ ਲਿਆ ਜਾਵੇ। ਉਸ ਤੋਂ ਬਾਅਦ ਅਗਲੇ ਸਵਾਲ ਦਾ ਸਕਰੀਨਸ਼ਾਟ ਲਿਆ ਜਾ ਸਕਦਾ ਹੈ। ਉਸ ਤੋਂ ਬਾਅਦ ਨੈਕਸਟ ਬਸ। ਸੋ ਅੱਜ ਵਾਸਤੇ ਇੰਨਾ ਹੀ ਬਹੁਤ ਆ। ਥੈਂਕ ਯੂ।